ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਜਸ ਪੰਜਾਬੀ ਦੇ ਸ਼ੋਅ ਫਾਇਰ ਲਾਈਨ ਦੇ ਵਿਰੁੱਧ। ਸਭ ਤੋਂ ਪਹਿਲਾਂ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਾਣ ਹੋਵੇ। ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਲੈ ਕੇ ਆਉਂਦੇ ਹਾਂ ਜੋ ਕੁਛ ਆਲੇ ਦੁਆਲੇ ਦੇ ਵਿੱਚ ਆਪਣੇ ਵਾਪਰ ਰਿਹਾ ਹੁੰਦਾ। ਔਰ ਪਿਛਲੇ ਇੱਕ ਹਫ਼ਤੇ ਦੇ ਦੌਰਾਨ ਜਾਂ ਪਿਛਲੇ ਕੁਛ ਘੰਟਿਆਂ ਦੇ ਦੌਰਾਨ ਇੰਨਾ ਕੁਛ ਵਾਪਰਿਆ ਮੁਲਕ ਦੀ ਸਿਆਸਤ ਦੇ ਉੱਤੇ, ਮੁਲਕ ਦੇ ਵਿੱਚ, ਕਿ ਉਹਨਾਂ ਗੱਲਾਂ ਬਾਤਾਂ ਦੇ ਵਾਸਤੇ ਕਿਸੇ ਇਹੋ ਜਿਹੇ ਪਰਸਨੈਲਿਟੀ ਦੀ ਜ਼ਰੂਰਤ ਪੈਂਦੀ ਜਿਹੜੇ ਸਾਰਿਆਂ ਦੇ ਉੱਤੇ ਆਪਣੀ ਪਕੜ ਜਿਹੜੀ ਆ ਉਹ ਰੱਖਦਾ ਹੋਵੇ। ਔਰ ਇਹਦੇ ਵਾਸਤੇ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਹੈ ਜੀ ਪੰਜਾਬ ਦੇ ਵਿੱਚ ਸੀਨੀਅਰ ਜਰਨਲਿਸਟ ਨੇ ਸਰਬਜੀਤ ਧਾਲੀਵਾਲ ਜੀ। ਵੱਖ ਵੱਖ ਅਖਬਾਰਾਂ ਦੇ ਨਾਲ ਉਹ ਕੰਮ ਕਰ ਚੁੱਕੇ ਨੇ, ਅੱਜ ਕੱਲ੍ਹ ਇੱਕ ਹਿੰਦੀ ਅਖਬਾਰ ਦੇ ਨਾਲ ਜਿਹੜਾ ਜੀ ਉਹ ਜੁੜੇ ਹੋਏ ਨੇ। ਔਰ ਜੋ ਕੁਛ ਪੰਜਾਬ ਦੇ ਵਿੱਚ ਜਾਂ ਭਾਰਤ ਦੀ ਸਿਆਸਤ ਦੇ ਉੱਤੇ ਤਬਦੀਲੀਆਂ ਜਿਹੜੀਆਂ ਉਹ ਵੇਖਣ ਨੂੰ ਮਿਲ ਰਹੀਆਂ ਨੇ, ਇਹਦੇ ਵਾਸਤੇ ਅੱਜ ਦੇ ਇਸ ਫਾਇਰ ਲਾਈਨ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਧਾਲੀਵਾਲ ਸਾਹਿਬ ਜੀ ਆਇਆਂ ਨੂੰ ਜੀ ਪ੍ਰੋਗਰਾਮ 'ਚ ਬਹੁਤ ਮਿਹਰਬਾਨੀ, ਤੁਸੀਂ ਸਮਾਂ ਜਿਹੜਾ ਜੀ ਉਹ ਕੱਢਿਆ। ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਸਟਾਰਟ ਕਰਦੇ ਹਾਂ, ਸੁਪਰੀਮ ਕੋਰਟ ਨੂੰ ਪਿਛਲੇ ਦਿਨਾਂ ਦੇ ਵਿੱਚ ਦਖਲ ਦੇਣਾ ਪਿਆ ਜਿਹੜਾ ਭੀੜ ਤੰਤਰ ਹੈ, ਲਿੰਚਿੰਗ ਜਿਹੜੀ ਹੋ ਰਹੀ ਆ ਉਹਦੇ ਉੱਤੇ, ਔਰ ਜਦੋਂ ਪਾਰਲੀਮੈਂਟ ਦੇ ਵਿੱਚ ਬਹਿਸ ਹੋਈ ਉੱਥੇ ਵੀ ਇਹ ਇਸ਼ੂ ਜਿਹੜਾ ਸੀਗਾ ਜੀ ਉਹ ਭਖਿਆ। ਉਹਦੇ ਬਾਵਜੂਦ ਅਜੇ ਕੁਛ ਘੰਟੇ ਹੁੰਦੇ ਆ ਸੁਪਰੀਮ ਕੋਰਟ ਦਾ ਜਿਹੜਾ ਦੀ ਫੈਸਲਾ ਆਏ ਨੂੰ ਅਤੇ ਪਾਰਲੀਮੈਂਟ ਦੇ ਵਿੱਚ ਹੋਈ ਬਹਿਸ ਨੂੰ, ਉਸੇ ਤਰ੍ਹਾਂ ਦੀ ਘਟਨਾ ਇੱਕ ਹੋਰ ਭਾਰਤੀ ਜਨਤਾ ਪਾਰਟੀ ਦੇ ਰਾਜ ਵਾਲਾ ਜਿਹੜਾ ਹੈ ਜੀ ਰਾਜਸਥਾਨ ਉੱਥੇ ਵਾਪਰ ਜਾਂਦੀ ਹੈ। ਧਾਲੀਵਾਲ ਸਾਹਿਬ ਇਹਨੂੰ ਤੁਸੀਂ ਓਵਰਆਲ ਕਿਵੇਂ ਦੇਖਦੇ ਹੋ ਪਿਛਲੇ ਕੁਛ ਸਾਲਾਂ ਦੇ ਦੌਰਾਨ ਜਿੰਨੀਆਂ ਇਹ ਘਟਨਾਵਾਂ ਵਧੀਆਂ ਨੇ ਜੀ? ਦੇਖੋ ਬਹੁਤ ਮਾੜਾ ਰੁਝਾਨ ਹੈਗਾ ਜੀ ਇਹ, ਇਹਦੇ 'ਚ ਇੱਕ ਪਾਰਟੀਕੁਲਰ ਕਮਿਊਨਿਟੀ ਦੇ ਜਿਹੜੇ ਲੋਕ ਨੇ ਜ਼ਿਆਦਾ ਟਾਰਗੇਟ ਹੋ ਰਹੇ ਨੇ। ਜਿਸ ਤਰ੍ਹਾਂ ਕਿ ਕੱਲ੍ਹ ਹੀ ਘਟਨਾ ਵਾਪਰੀ ਹੈਗੀ ਆਪਣਾ ਰਾਜਸਥਾਨ ਵਿੱਚ, ਅਲਵਰ ਵਿੱਚ, ਇਹ ਦੂਜੀ ਘਟਨਾ ਹੈਗੀ ਉਸ ਸਟੇਟ ਵਿੱਚ। ਪਹਿਲਾਂ ਵੀ ਇੱਕ ਆਪਣਾ ਹਰਿਆਣੇ ਦਾ ਲੜਕਾ ਸੀ ਉਹ ਮਾਰਿਆ ਗਿਆ ਸੀ ਉੱਥੇ, ਪੀਲੂ ਖਾਨ। ਕੱਲ੍ਹ ਇੱਕ ਲੜਕਾ, ਕੱਲ੍ਹ ਫਿਰ ਉੱਥੇ ਲਿੰਚਿੰਗ ਹੋਈ ਹੈ ਅਤੇ ਇੱਕ ਲੜਕਾ ਹੋਰ ਮਾਰਿਆ ਗਿਆ। ਮੇਰਾ ਖਿਆਲ ਹੈ ਕਿ ਕਿਤੇ ਨਾ ਕਿਤੇ ਇਹ ਪੋਲੀਟੀਕਲ ਜਾਂ ਸਿਆਸੀ ਬਦਮਾਸ਼ੀ ਹੈਗੀ ਕਿਤੇ ਨਾ ਕਿਤੇ ਲੈਵਲ 'ਤੇ ਚੱਲ ਰਹੀ ਜਿਹੜੀ ਹੈਗੀ ਆ, ਉਹਦੇ ਕਰਕੇ ਸਾਰਾ ਕੁਛ ਹੋ ਰਿਹਾ ਹੈ। ਅਦਰਵਾਈਜ਼ ਤੁਹਾਨੂੰ ਲੱਗਦਾ ਕਿ ਇਹਨੀਆਂ ਘਟਨਾਵਾਂ ਰੋਕਣੀਆਂ ਕੀ ਔਖੀਆਂ ਨੇ? ਤੁਸੀਂ ਜਦੋਂ ਬੜੀਆਂ ਬੜੀਆਂ ਚੀਜ਼ਾਂ ਨੂੰ ਰੋਕ ਸਕਦੇ ਹੋ ਤਾਂ ਇਹ ਤਾਂ ਇੱਕ ਬਹੁਤ ਛੋਟੀ ਗੱਲ ਹੈ, ਮਾਮੂਲੀ ਗੱਲ ਹੈ। ਇਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਪੋਲੀਟੀਕਲ ਸ਼ੈ ਹੈਗੀ, ਕਿਤੇ ਨਾ ਕਿਤੇ ਇਹਨਾਂ ਨੂੰ ਪੈਟਰਨਜ਼ ਹੈਗੀ, ਉਹ ਪੈਟਰਨਜ਼ ਕਰਕੇ ਸਾਰਾ ਕੁਛ ਵਾਪਰ ਰਿਹਾ ਹੈ। ਅਤੇ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਵਿੱਚ ਵੀ ਇਹ ਘਟਨਾਵਾਂ ਵਾਪਰੀਆਂ ਸੀ। ਇੱਕ ਰਾਜਪੁਰੇ ਗੈਂਗ ਸੀਗਾ, ਉਹ ਕੀ ਕਰਦਾ ਸੀ ਜਦੋਂ ਵੀ ਕੋਈ ਗਾਵਾਂ ਲੈ ਕੇ ਜਾਂਦੇ ਸੀ ਜਾਂ ਕੋਈ ਆਪਣਾ ਇਸ ਤਰ੍ਹਾਂ ਦਾ ਕੋਈ ਪਸ਼ੂ ਲੈ ਕੇ ਜਾਂਦੇ ਸੀ, ਲੋਕ ਉਹਨਾਂ ਨੂੰ ਉੱਥੇ ਘੇਰ ਲੈਂਦੇ ਸੀ ਰਾਜਪੁਰੇ ਕੋਲ, ਅਤੇ ਉਹਨੂੰ ਘੇਰ ਕੇ ਉਹਨਾਂ ਨੂੰ ਕੁੱਟਦੇ ਸੀ ਅਤੇ ਉਹਨਾਂ ਤੋਂ ਪੈਸੇ ਲੈਂਦੇ ਸੀ ਅਤੇ ਉਹਨਾਂ ਨਾਲ ਕਹਿੰਦਾ ਹੋਰ ਤਾਂ ਦੀ ਬਦਤਮੀਜ਼ੀ ਵੀ ਕਰਦੇ ਸੀਗੇ। ਫਿਰ ਜਦੋਂ ਇਹਦਾ ਰੌਲਾ ਪਿਆ ਤਾਂ ਪੰਜਾਬ ਪੁਲਿਸ ਨੇ ਉਹਨੂੰ 15-20 ਦਿਨਾਂ 'ਚ ਕੰਟਰੋਲ ਕਰ ਲਿਆ, ਉਹ ਫੜ ਕੇ ਜੇਲ੍ਹ 'ਚ ਅੰਦਰ ਕਰਤੇ ਅਤੇ ਉਹਨਾਂ ਤੋਂ ਕਾਫੀ ਕੁਛ ਬਰਾਮਦ ਵੀ ਹੋਇਆ। ਜੇ ਇਸ ਤਰ੍ਹਾਂ ਦਾ ਹੀ ਐਟੀਚਿਊਡ ਰਾਜਸਥਾਨ ਦੀ ਗਵਰਨਮੈਂਟ ਪਹਿਲਾਂ ਪੀਲੂ ਖਾਨ ਦੇ ਕੇਸ ਵਿੱਚ ਅਪਣਾਉਂਦੀ ਅਤੇ ਜਿਹੜੇ ਇਸ ਤਰ੍ਹਾਂ ਦੇ ਲੋਕ ਸੀ ਜਿਹੜੇ ਬਦਮਾਸ਼ੀ ਕਰਦੇ ਸੀ, ਜਿਹੜੇ ਕੁੱਟਮਾਰ ਕਰਦੇ ਸੀ ਜਾਂ ਜਿਹਨਾਂ ਨੇ ਆਪਣੇ ਰਾਤੀ ਨਾਈਟ ਗੈਂਗ ਨੇ ਅਸਲ ਵਿੱਚ ਇਹ ਨਾਈਟ ਨੂੰ ਓਪਰੇਟ ਕਰਦੇ ਨੇ, ਇਹਨਾਂ ਦਾ ਕੰਮ ਧੰਦਾ, ਮੁੱਖ ਧੰਦਾ ਇਹਨਾਂ ਦਾ ਪੈਸੇ ਕਮਾਉਣਾ ਅਸਲ ਵਿੱਚ। ਇਹ ਲੁੱਟਮਾਰ ਕਰਦੇ ਨੇ, ਲੋਕਾਂ ਤੋਂ ਪੈਸੇ ਵਸੂਲਦੇ ਨੇ, ਇਹ ਬਲੈਕਮੇਲ ਕਰਦੇ ਨੇ, ਟਰੱਕ ਡਰਾਈਵਰਾਂ ਨੂੰ ਵੀ ਕਰਦੇ ਨੇ, ਜਿਹੜੇ ਟੈਂਪੂ ਡਰਾਈਵਰ ਉਹਨਾਂ ਨੂੰ ਵੀ ਕਰਦੇ ਨੇ। ਸੋ ਮੈਨੂੰ ਲੱਗਦਾ ਕਿ ਜੇ ਸਰਕਾਰ ਚਾਹੇ ਤਾਂ ਇਹ ਰੁਝਾਨ 2 ਦਿਨਾਂ 'ਚ ਬੰਦ ਹੋ ਸਕਦਾ ਹੈਗਾ, ਐਡੀ ਕੋਈ ਵੱਡੀ ਗੱਲ ਨਹੀਂ ਹੈਗੀ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਬਿਲਕੁਲ ਰੋਕਿਆ ਜਾ ਸਕਦਾ ਹੈਗਾ, ਪਰ ਕਿਤੇ ਨਾ ਕਿਤੇ ਜਿਹੜੀ ਹੈਗੀ ਅੰਦਰੋਂ ਅੰਦਰ ਹੀ ਮੇਰਾ ਖਿਆਲ ਹੈ ਕਿ ਜਿਹੜੀ ਸਿਆਸੀ ਪੈਟਰਨਜ ਆ ਉਹਦੇ ਕਰਕੇ ਸਾਰਾ ਕੁਛ ਹੋ ਰਿਹਾ। ਤੁਸੀਂ ਦੇਖਿਆ ਹੋਣਾ ਕਿ ਇਹ ਜਿਹੜੀ ਆਪਣਾ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਸਾਡੀਆਂ, ਇਹਨਾਂ ਦਾ ਸਟੈਂਡ ਕੀ ਹੈ ਨਾ ਇਸ਼ੂ 'ਤੇ? ਪਹਿਲੀ ਵਾਰੀ ਰਾਜਨਾਥ ਸਿੰਘ ਨੇ, ਚਲੋ ਹੁਣ ਪਾਰਲੀਮੈਂਟ 'ਚ 3-4 ਸਾਲਾਂ ਬਾਅਦ ਇੱਕ ਬਿਆਨ ਦਿੱਤਾ ਹੈ, ਉਹਦੀ ਨਿਖੇਧੀ ਕੀਤੀ ਹੈ ਇਹਨਾਂ ਘਟਨਾਵਾਂ ਦੀ। ਪਹਿਲਾਂ ਕਿਉਂ ਨਹੀਂ ਨਿਖੇਧੀ ਕੀਤੀ ਜੀ ਇਹਦੀ ਗੱਲ ਦੀ? ਪਹਿਲਾਂ ਕਿਉਂ ਨਹੀਂ ਇਹਨਾਂ ਨੇ ਕਿਹਾ ਕਿ ਸਾਰੀਆਂ ਸਟੇਟਾਂ ਜਿੱਥੇ ਜਿਹੜੀ ਸਟੇਟ ਵਿੱਚ ਵੀ ਇਹ ਹੁੰਦਾ, ਇਹ ਇਸ਼ੂ ਉੱਠਦਾ ਹੈਗਾ, ਉਹਨੂੰ ਸ਼ੋਰ ਕਰਨਾ ਚਾਹੀਦਾ ਸਟੇਟ ਨੂੰ, ਉਹਨੂੰ ਨੋਟਿਸ ਭੇਜਣਾ ਚਾਹੀਦਾ ਸੀ ਕਿ ਜੇ ਤੁਹਾਡੇ ਦੁਬਾਰੇ ਇਸ ਤਰ੍ਹਾਂ ਦੀ ਘਟਨਾ ਹੋਈ ਤਾਂ ਸੈਂਟਰ ਦਾ ਬਹੁਤ ਵੱਡਾ ਨੋਟਿਸ ਲਏਗਾ ਅਤੇ ਕਹਿੰਦਾ ਆਪਣੀਆਂ ਫੋਰਸਿਸ ਭੇਜ ਕੇ ਉਸ ਇਲਾਕੇ ਵਿੱਚ ਤੈਨਾਤ ਕਰਕੇ ਉਹਨੂੰ ਡੀਲ ਕਰੇਗਾ। ਹਾਲਾਂਕਿ ਰਾਜਨਾਥ ਸਿੰਘ ਨੇ ਇੱਕ ਵੈਸੀ ਤਕਨੀਕੀ ਮੁੱਦਾ ਉਠਾਤਾ ਜਾਂ ਕਾਨੂੰਨੀ ਮੁੱਦਾ ਉਠਾਤਾ ਵੀ ਇਹ ਤਾਂ ਰਾਜ ਸਰਕਾਰਾਂ ਦਾ ਅਧਿਕਾਰ ਖੇਤਰ ਹੈ ਜੀ, ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਇਹ ਤਾਂ ਰਾਜ ਸਰਕਾਰਾਂ ਕਰਨੀਆਂ ਸਾਰਾ ਕੁਛ ਅਤੇ ਉਹਨਾਂ ਦਾ ਹੀ ਬਣਦਾ। ਪਰ ਜਦੋਂ ਇਹ ਘਟਨਾਵਾਂ ਵਾਰ ਵਾਰ ਹੋ ਰਹੀਆਂ ਨੇ, ਜਦੋਂ ਵਾਰ ਵਾਰ ਇਹ ਵਾਪਰ ਰਿਹਾ ਤਾਂ ਫਿਰ ਕੇਂਦਰ ਸਰਕਾਰ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਰੋਕਿਆ ਜਾਵੇ। ਫਿਰ ਬਾਕੀ ਇਹਨਾਂ ਜਿਹੜੇ ਇਹ ਇਸ਼ੂ ਨੇ ਜਾਂ ਇਹ ਜਿਹੜੇ ਕੇਸ ਨੇ ਜਾਂ ਇਹ ਘਟਨਾਵਾਂ ਨੇ, ਇਹਨਾਂ ਦੇ ਮਗਰ ਜਿਹੜੀਆਂ ਫੋਰਸ ਕੰਮ ਕਰਦੇ ਹਨ ਉਹ ਆਪਣੇ ਆਪ ਨੂੰ ਕਿਸੇ ਰਾਜਸੀ ਪਾਰਟੀ ਨਾਲ ਜਾਂ ਕਿਸੇ ਕੇਂਦਰ ਕਿਸੇ ਔਰਗੇਨਾਈਜ਼ ਨਾਲ ਜੁੜ ਕੇ ਦੇਖਦੀਆਂ ਨੇ। ਹਾਲਾਂਕਿ ਉਹਦੇ ਨਾਲ ਜੁੜਦੀ ਤਾਂ ਨਹੀਂ ਉਹ ਗੱਲ ਕਿ ਜਦੋਂ ਗੁਜਰਾਤ ਦੇ ਵਿੱਚ ਦੰਗੇ ਹੋਏ ਸੀਗੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਹੋਰਾਂ ਦਾ, ਉੱਥੇ ਜਾ ਕੇ ਇਹ ਕਹਿਣਾ ਕਿ ਜਿਹੜਾ ਰਾਜ ਧਰਮ ਹੈ ਉਹਨੂੰ ਕਾਇਮ ਰੱਖੋ, ਉਹਨਾਂ ਨੇ ਉਦੋਂ ਜਿਹੜੀ ਨਰਿੰਦਰ ਮੋਦੀ ਹੋਰਾਂ ਨੂੰ ਇਹ ਗੱਲ ਕਹੀ ਸੀ। ਭਾਰਤੀ ਜਨਤਾ ਪਾਰਟੀ ਜਿਹੜੀ ਇਸ ਵੇਲੇ ਸੱਤਾ ਦੇ ਵਿੱਚ ਹੈ ਔਰ ਸੁਪਰ ਮੈਜੋਰਿਟੀ ਦੇ ਵਿੱਚ ਉਹ ਬੈਠੀ ਆ, ਤਾਂ ਹੁਣ ਵੀ ਜਿਹੜਾ ਜੀ ਸਾਹਮਣੇ ਆਇਆ ਕਿ ਉਹ ਜਿਹੜੇ ਨੇਤਾ ਉਹ ਜਿਹੜੇ ਸਾਈਡ ਲਾਈਨ ਕਰ ਦਿੱਤੇ ਗਏ, ਹੁਣ ਜਿਹੜੇ ਨੇਤਾ
ਬਿਲਕੁਲ ਬਦਲ ਰਹੀ ਹੈ। ਮੇਰਾ ਖਿਆਲ ਹੈ ਕਿ ਇਹਦੇ ਵਿੱਚ ਸਿਆਸੀ ਮਨੋਰਥ ਵੀ ਹੈ, ਇੱਕ ਦੇਸ਼ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਸੇ ਕਿਉਮਨ ਲਾਈਨ 'ਤੇ ਵੰਡ ਆਪਣਾ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ ਵਿੱਚ ਵੋਟ ਬੈਂਕ ਦੀ ਰਾਜਨੀਤੀ ਮੈਨੂੰ ਲੱਗਦਾ ਕਿ ਪਿੱਛੇ ਦੇ ਹੈਗੀ ਸ਼ਾਮਿਲ ਹੈਗੀ। ਅੱਗੇ ਜਿਹੜੇ ਲੀਡਰ ਸੀਗੇ ਉਹ ਜਿਹੜੇ ਸਾਡੇ 1947 ਤੋਂ ਬਾਅਦ ਜਿਹੜੀ ਲੀਡਰਸ਼ਿਪ ਆਈ ਸੀ ਉਹਨਾਂ ਦੇ ਕੋਈ ਮਾੜੇ ਮੋਟੇ ਸੂਲ ਸੀਗੇ, ਰੂਲ ਸੀਗੇ, ਉਹਨਾਂ ਨੂੰ ਮਾੜੀ ਮੋਟੀ ਲੋਕਾਂ ਦੀ ਸ਼ਰਮ ਸੀਗੀ। ਪਰ ਹੁਣ ਰਾਜ ਸੱਤਾ ਇੰਨੀ ਪਿਆਰੀ ਹੋ ਗਈ ਲੋਕਾਂ ਨੂੰ, ਉਹ ਕਹਿੰਦੇ ਬਾਈ ਹੁੱਕ ਐਂਡ ਕਰੁੱਕ, ਜਿਵੇਂ ਵੀ ਦਾਅ ਲੱਗਦਾ ਹੈ ਉਹ 'ਚ ਸਾਰੀਆਂ ਮਾਨਤਾਵਾਂ ਨੂੰ ਸਿੱਕੇ ਟੰਗ ਕੇ ਲੋਕ ਕਹਿੰਦਾ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ, ਪੋਲੀਟੀਕਲ ਬੰਦੇ ਕਰ ਰਹੇ ਨੇ। ਬੀਜੇਪੀ ਤਾਂ ਚਲੋ ਛੱਡੋ, ਬੀਜੇਪੀ ਦੇ ਨਾਲ ਤਾਂ ਜਿਹੜੀਆਂ ਔਰਗਨਾਈਜੇਸ਼ਨ ਜਿਹੜੀਆਂ ਕਹਿੰਦੀਆਂ ਆਪਣੇ ਆਪ ਨੂੰ ਕਲੇਮ ਕਰਦੇ ਆ ਕਿ ਸਾਡਾ ਉਹਦੇ ਨਾਲ ਸੰਬੰਧ ਹੈ। ਦੂਜੀਆਂ ਪਾਰਟੀਆਂ ਦਾ ਰੋਲ ਦੇਖੋ ਤੁਸੀਂ, ਹਾਲਾਂਕਿ ਲੈਫਟ ਪਾਰਟੀਆਂ ਹੈਗੀਆਂ ਉਹ ਕੱਟੜ ਸੈਕੂਲਰ ਪਾਰਟੀਆਂ ਹੈਗੀਆਂ, ਡੈਮੋਕ੍ਰੇਟਿਕ ਸਿਸਟਮ ਵਿੱਚ ਵਿਸ਼ਵਾਸ ਰੱਖਦੀਆਂ ਨੇ, ਇਸ ਤਰ੍ਹਾਂ ਦੇ ਲੋਕਾਂ ਦੇ ਵਿਰੁੱਧ ਨੇ, ਉਹਨਾਂ ਦਾ ਕੀ ਰੋਲ ਹੈ? ਉਹਨਾਂ ਦਾ ਕੋਈ ਕਦੇ ਤੁਸੀਂ ਦੇਖਿਆ ਹੁੰਦਾ ਕੋਈ ਧਰਨਾ ਹੋ ਰਿਹਾ ਹੋਵੇ, ਕੋਈ ਮੁਜ਼ਾਹਰਾ ਹੋ ਰਿਹਾ ਹੋਵੇ, ਕਦੇ ਦਿੱਲੀ ਵਿੱਚ ਉਹਨੇ ਕੋਈ ਰੋਸ ਮਾਰਚ ਕੀਤਾ ਹੋਵੇ, ਉਹਨਾਂ ਨੇ ਕੋਈ ਬਿਆਨ ਹੀ ਦਿੱਤਾ ਹੋਵੇ ਚੱਜ ਦਾ ਇਸ ਬਾਰੇ ਵਿੱਚ? ਕੋਈ ਨਹੀਂ ਕੀ ਕੀ ਰੁਕਾਵਟਾਂ ਵੀ ਉਹਨਾਂ ਨੂੰ, ਨਾ CPI ਦਾ ਨਾ CPM ਦਾ, ਚੁੱਪ ਕੀਤੀਆਂ ਬੈਠੀਆਂ ਪਈਆਂ ਪਾਰਟੀਆਂ ਹੈਗੀਆਂ ਨੇ। ਅਕਾਲੀ ਦਲ ਸੀਗਾ, ਅਕਾਲੀ ਦਲ ਕਿਸੇ ਵੇਲੇ ਇੱਕ ਅਜਿਹੀ ਪਾਰਟੀ ਕਿ ਗਿਣੀ ਜਾਂਦੀ ਸੀ ਜਿਹੜੀ ਕਿ ਮਿਨੋਰਟੀ ਦੇ ਨਾਲ ਡਟ ਕੇ ਖੜਦੀ ਸੀ, ਮਿਨੋਰਟੀ ਦਾ ਸਾਥ ਦਿੰਦੀ ਸੀ, ਵੱਡੇ ਮੁੱਦਿਆਂ 'ਤੇ ਬੋਲਦੀ ਸੀ। ਹੁਣ ਅਕਾਲੀ ਦਲ ਚੁੱਪ ਹੈ, ਅਕਾਲੀ ਦਲ ਦਾ ਕਦੇ ਕੋਈ ਬਿਆਨ ਨਹੀਂ ਪੜਿਆ ਤੁਸੀਂ, ਆਹ ਪੀਲੂ ਖਾਨ ਦੇ ਮੁੱਦੇ 'ਤੇ ਕੋਈ ਬਿਆਨ ਨਹੀਂ ਪੜਿਆ, ਹੁਣ ਅੱਜ ਅਲਵਰ ਵਾਲੇ ਮੁੱਦੇ ਦੇਖ ਲਓ, ਪੋਲਾ ਜਿਹਾ ਕੋਈ ਬਿਆਨ ਆਏਗਾ, ਬੜਾ ਸਧਾਰਨ ਜਿਹਾ, ਜੇ ਆਇਆ ਵੀ, ਜੇ ਆਇਆ ਜੇ ਇਹ ਜੇ ਇਹਦੇ ਵਿੱਚ ਲੱਗੀ ਹੋਈ, ਅਤੇ ਇਹ ਪਾਰਟੀ ਚੁੱਪ ਕਰ ਗਈ। ਇਹ ਦੇਖੋ ਅਕਾਲੀ ਦਲ ਜਿਹਨੂੰ ਕਿ ਆਮ ਦੱਬੇ ਕੁਚਲੇ, ਜਿਹੜੀ ਪਾਰਟੀ ਦੀ ਫਿਲੋਸਫੀ ਹੈ ਉਹ ਦੱਬੇ ਕੁਚਲੇ ਲੋਕਾਂ ਦਾ ਸਾਥ ਦੇਣਾ ਹੈ, ਜਿਹੜੇ ਆਪਣਾ ਨਿਤਾਣੇ ਲੋਕਾਂ ਦਾ ਸਾਥ ਦੇਣਾ, ਇਹ ਪਾਰਟੀ ਆਪਣਾ ਸਿਧਾਂਤ ਛੱਡ ਕੇ ਹੁਣ ਕਹਿੰਦੇ ਰਾਜ ਸੱਤਾ ਨੂੰ ਇੰਨੀ ਪਿਆਰੀ ਹੋ ਗਈ ਹੈ। ਗੱਲ ਜਿਹੜੀ ਉਹ ਛੋਲੀ ਉਸ ਪਾਸੇ ਵੱਲ ਨੂੰ ਜਿਹੜੀ ਜੀ ਉਹ ਤੁਰ ਪਈ ਕਿ ਜਿਹੜੀ ਮਨਿਓਰਿਟੀ, ਕਿਉਂਕਿ ਜਿਹੜੇ ਸਿੱਖ ਹੈ ਉਹ ਮਨਿਓਰਿਟੀ ਦੇ ਵਿੱਚ ਨੇ ਮੁਲਕ ਦੇ ਵਿੱਚ, ਈਵਨ ਹੁਣ ਤਾਂ ਪੰਜਾਬ 'ਚ ਵੀ ਮਨਿਓਰਿਟੀ ਦੇ ਵਿੱਚ ਹੋ ਗਏ, ਉਹਨੂੰ ਰੀਪ੍ਰਜੈਂਟ ਕਰਦੀ ਜਿਹੜੀ ਪਾਰਟੀ ਹੈ ਉਹ ਮਹਿਜ਼ ਇੱਕ ਜਿਹੜੀ ਉਹਨੂੰ ਮਿਲੀ ਹੋਈ ਆ ਉੱਥੇ ਮੰਤਰਾਲਾ ਜਿਹੜਾ ਮਿਲਿਆ ਹੈ ਉਹਦੇ ਕਰਕੇ ਉਹ ਸਾਰਾ ਕੁਛ ਛੱਡ ਗਈ, ਜਾਂ ਇਹ ਜਿਹੜੀ ਉਹ ਪੰਜਾਬ ਪੰਜਾਬੀਅਤ ਵਾਲੀ ਜਿਹੜੀ ਗੱਲ ਸੀ ਇਹਦੇ 'ਚ ਅਮੀਰਾਂ ਦੇ ਜਿਹੜਾ ਉਹ ਜ਼ਿਆਦਾ ਬੋਲਬਾਲਾ ਹੋ ਗਿਆ? ਨਹੀਂ, ਮਤਲਬ ਉਹ ਆਪਣੇ ਸਿਧਾਂਤ 'ਤੇ ਉੱਖੜ ਗਏ ਨੇ ਲੋਕ, ਆਪਣੇ ਸਿਧਾਂਤ 'ਤੇ ਉੱਖੜ ਗਏ ਨੇ। ਰਾਜ ਸੱਤਾ ਤਾਂ ਉਹਨੂੰ ਪਿਆਰੀ ਹੈ ਹੀ ਹੈ, ਰਾਜ ਸੱਤਾ ਵਿੱਚ ਤਾਂ ਉਹ ਰਾਜ ਸੱਤਾ ਨਾਲ ਤਾਂ ਉਹ ਪੂਰੀ ਤਰ੍ਹਾਂ ਚਿੰਬੜੇ ਹੋਏ ਨੇ, ਉਹਨਾਂ ਦਾ ਵੀ ਉਹੀ ਸੂਲ ਆ ਹੁੱਕ ਐਂਡ ਕੁੱਕ, ਬਾਈ ਹੁੱਕ ਔਰ ਕਰੁੱਕ ਜਿਹੜਾ ਹੈਗਾ ਰਾਜ ਸੱਤਾ ਵਾਸਤੇ ਆਉਣੀ ਹੈਗੀ, ਉਹ ਜੋ ਕਿਸ ਤਰ੍ਹਾਂ ਦੇ ਵਾਅਦੇ ਕਰਦੇ ਆ ਪੂਰੇ ਹੋਣ ਨਾ ਹੋਣ। ਪਰ ਮੈਨੂੰ ਲੱਗਦਾ ਕਿ ਜਿਹੜੀ ਬੇਸਿਕ ਫਿਲੋਸਫੀ ਸੀ ਜਿਹੜੀ ਪਾਰਟੀ ਦੀ, ਉਹ ਤੋਂ ਵੀ ਪਾਰਟੀ ਹੁਣ ਪਰਾਂ ਹੋ ਗਈ ਹੈ, ਬਹੁਤ ਜ਼ਿਆਦਾ ਪਰਾਂ ਹੋ ਗਈ। ਕਿਸੇ ਚੀਜ਼ ਦੇ ਦਲਿਤਾਂ ਦੇ ਕੁੱਟ ਪਈ, ਇਹਨਾਂ ਨੇ ਕੋਈ ਬੋਲੇ ਨਹੀਂ ਹੈਗੇ, ਅਕਾਲੀ ਦਲ ਬੋਲਿਆ ਨਹੀਂ ਹੈਗਾ, ਅਕਾਲੀ ਦਲ ਨੇ, ਹਾਲਾਂਕਿ ਦਲਿਤ ਵੋਟ ਬੈਂਕ ਬਹੁਤ ਵੱਡਾ ਪੰਜਾਬ 'ਚ, ਪੰਜਾਬ ਤੋਂ ਤੁਸੀਂ ਦੇਖੋ 32% ਕਹਿੰਦਾ ਪਾਪੂਲੇਸ਼ਨ ਹੈਗੀ, ਅਤੇ ਘੱਟੋ ਮਤਲਬ 4-5 ਇਲਾਕਿਆਂ ਵਿੱਚ ਤਾਂ ਬਹੁਤ ਡੋਮੀਨੇਟ ਕਰਦੇ ਨੇ ਦਲਿਤ। ਗੁਜਰਾਤ ਵਿੱਚ ਦਲਿਤਾਂ ਦੇ ਕੁੱਟ ਪਈ, ਇਹ ਲੋਕ ਬੋਲੇ ਨਹੀਂ ਹੈਗੇ। ਫਿਰ ਰਾਈਟਰਾਂ ਦੇ ਕਾਰਡ ਮਰਡਰ ਹੋਏ, ਇਹ ਲੋਕ ਚੁੱਪ ਰਹੇ, ਹੈ ਨਾ। ਕਲਬੁਰਗੀ ਦਾ ਮਰਡਰ ਹੋਇਆ, ਗੌਰੀ ਪੱਤਰਕਾਰ ਲੰਕੇਸ਼ ਦਾ ਮਰਡਰ ਹੋਇਆ, ਇਸ ਤੋਂ ਬਿਨਾਂ ਹੋਰ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰੀਆਂ, ਇਹ ਲੋਕ ਚੁੱਪ ਰਹੇ। ਸੋ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਸਾਰੀਆਂ ਪਾਰਟੀਆਂ ਦਾ ਇਸ ਵੇਲੇ ਬੁਰਾ ਹਾਲ ਹੈਗਾ, ਸਾਰੀਆਂ ਪਾਰਟੀਆਂ, ਕਾਂਗਰਸ ਪਾਰਟੀ ਦਾ ਹਾਲ ਦੇਖ ਲਓ, ਕਾਂਗਰਸ ਮੇਨ ਓਪੋਜੀਸ਼ਨ ਪਾਰਟੀ ਹੈ, ਉਹ ਕਦੇ ਨਾ ਕਦੇ ਰਿਕਾਰਡ 'ਤੇ ਤਾਂ ਬਿਆਨ ਦੇ ਦਿੰਦੀ ਹੈ, ਪਰ ਉਹਨੇ ਕੋਈ ਇਹੋ ਜਿਹਾ ਉਪਰਾਲਾ ਨਹੀਂ ਕੀਤਾ ਦੇਸ਼ ਵਿੱਚ, ਜਾਂ ਕੋਈ ਬੰਦ ਦੀ ਕਾਲ ਦਿੱਤੀ ਹੋਵੇ, ਜਾਂ ਕੋਈ ਵੱਡੀ ਕੋਈ ਹੋਰ ਡੈਮੋਕ੍ਰੇਟਿਕ ਐਜੂਟੇਸ਼ਨ ਚਲਾਇਆ ਹੋਵੇ ਇਸ ਨੂੰ ਕਾਊਂਟਰ ਕਰਨ ਵਾਸਤੇ, ਜਾਂ ਉਹਨਾਂ ਨੇ ਕੋਈ ਹੋਰ ਉਪਰਾਲਾ ਕੀਤਾ ਹੋਵੇ। ਕਿਸੇ ਘਰ ਨੂੰ ਚਿੱਠੀ ਲਿਖਦੇ ਨੇ ਕਿ ਤੁਹਾਡਾ ਬੰਦਾ ਮਾਰਿਆ ਗਿਆ ਜੀ, ਸਾਨੂੰ ਬੜਾ ਅਫਸੋਸ ਹੈ, ਇਹ ਐਨਫ ਨਹੀਂ ਹੈਗਾ, ਤਾਂ ਭੁਗਤੇ ਜਿਵੇਂ ਕਹਿੰਦੇ ਮੈਂ ਕਿਸੇ ਨੂੰ ਕਹਿ ਦਾਂ ਕਿ ਯਾਰ ਮੇਰੇ ਵੱਲੋਂ ਵੀ ਤੂੰ ਉੱਥੇ ਅਫਸੋਸ ਪ੍ਰਗਟ ਕਰਦੀ, ਇਸ ਤਰ੍ਹਾਂ ਦੀ ਗੱਲ ਹੈਗੀ। ਮੇਰਾ ਖਿਆਲ ਹੈ ਕਿ ਜਿਹੜੀ ਸਿਆਸੀ ਪਾਰਟੀਆਂ ਦੀ ਕਮਜ਼ੋਰੀ ਹੈ ਜਾਂ ਸਿਆਸੀ ਪਾਰਟੀਆਂ ਦੀ ਜਿਹੜੀ ਬੇਈਮਾਨੀ ਹੈ ਉਹਦੇ ਕਰਕੇ ਸਾਰਾ ਕੁਛ ਇਹ ਵਾਪਰ ਰਿਹਾ। ਧਾਲੀਵਾਲ ਸਾਹਿਬ, ਜਿਹੜੀ ਤੁਸੀਂ ਇੱਕ ਬਹੁਤ ਅਹਿਮ ਪੁਆਇੰਟ ਜਿਹੜਾ CPI CPM ਦਾ ਵੀ ਜਿਹੜਾ ਜੀ ਉਠਾਇਆ, ਉਹਨਾਂ ਦੇ ਚੁੱਪ ਕਰਨ ਦਾ, ਕਿਉਂਕਿ ਉਹ ਸੱਤਾ ਦੇ ਵਿੱਚ ਤਾਂ ਤਕਰੀਬਨ ਉਖੜ ਗਏ, ਬਹੁਤੇ ਰਾਜਾਂ 'ਚੋਂ ਵੀ ਉਖੜ ਗਏ, ਉਹ ਸੈਂਟਰ ਦੇ ਵਿੱਚੋਂ ਵੀ ਉਖੜੇ ਹੋਏ ਨੇ, ਇੰਨਾ ਨੁਕਸਾਨ ਕਰਾ ਕੇ ਵੀ ਜੇ ਉਹ ਲੱਗਦਾ ਤੁਹਾਨੂੰ ਕਿ ਉਹ ਜਿਹੜੇ ਬੋਲਦੇ ਹੁੰਦੇ ਉਹ ਚੁੱਪ ਕਰ ਗਏ, ਕਿ ਉਹ ਵੀ ਜਿਹੜੀ ਵੋਟ ਬੈਂਕ ਵਾਲੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਚਲੇ ਗਏ ਵੀ ਆਹ ਕਿਹਾ ਅਤੇ ਆਹ ਨਾ ਟੁੱਟ ਜੇ, ਆਹ ਕਿਹਾ ਅਤੇ ਆਹ ਨਾ ਟੁੱਟ ਜੇ? ਇਹ ਤੁਹਾਡੀ ਗੱਲ ਵੀ ਠੀਕ ਹੈਗੀ, ਪਰ ਮੈਨੂੰ ਲੱਗਦਾ ਕਿ ਜਿਹੜੀ ਲੀਡਰਸ਼ਿਪ ਦਾ ਕ੍ਰਾਈਸਿਸ ਸਾਰੀਆਂ ਪਾਰਟੀਆਂ ਫੇਸ ਕਰ ਰਹੀਆਂ ਨੇ। ਉਹਦਾ ਕਾਰਨ ਇੱਕ ਹੈਗਾ ਕਿ ਜਿਹੜੀ ਪੁਰਾਣੀ ਲੀਡਰਸ਼ਿਪ ਸੀਗੀ ਉਹ ਲੋਕਾਂ 'ਚ ਆਉਂਦੇ ਸੀ, ਜਿਹੜੀ CPI ਦੀ ਲੀਡਰਸ਼ਿਪ ਸੀ, CPM ਦੀ ਲੀਡਰਸ਼ਿਪ ਫਰਜ਼ ਕਰੋਗੇ, ਜਗੀਰ ਸਿੰਘ ਜੋਗਾ ਵਰਗੇ ਲੋਕ ਸੀ, ਧਰਮ ਸਿੰਘ ਫੱਕਰ ਵਰਗੇ ਲੋਕ ਸੀਗੇ, ਜਾਂ ਬੂਟਾ ਸਿੰਘ ਵਰਗੇ ਲੋਕ ਸੀ, ਜਾਂ ਮਾਸਟਰ ਬਾਬੂ ਸਿੰਘ ਵਰਗੇ ਲੋਕ ਸੀ, ਜਾਂ ਦਰਸ਼ਨ ਸਿੰਘ ਕੈਨੇਡੀਅਨ ਵਰਗੇ ਲੋਕ ਸੀ, ਈਵਨ ਸੁਰਜੀਤ ਹਰਕਿਸ਼ਨ ਸਿੰਘ ਸੁਰਜੀਤ ਵਰਗੇ ਲੋਕ ਸੀ, ਜਿਹੜੇ ਇਹ ਆਮ ਲੋਕਾਂ 'ਚ ਉੱਠ ਕੇ ਉੱਪਰ ਗਏ ਸੀ। ਜਿਹੜੀ ਹੁਣ CPM ਦੀ ਜਾਂ CPI ਦੀ ਲੀਡਰਸ਼ਿਪ ਹੈ ਉਹ ਜਿਹੜੀ ਹੈਗੀ ਉਹ ਦਿੱਲੀ 'ਚ ਹੀ
ਪਾਲੀ ਪੁਲਸੀ ਗਈ ਹੈ, ਉਹ ਯੂਨੀਵਰਸਿਟੀਆਂ 'ਚ ਪੜ੍ਹੀ ਹੈ, ਉਹਨਾਂ ਨੂੰ ਆਮ ਲੋਕਾਂ ਦਾ ਕੋਈ ਪਤਾ ਸਰੋਕਾਰ ਨਹੀਂ, ਉਹ ਫਿਲੋਸਫੀ ਦਾ ਵਿਸ਼ਵਾਸ ਰੱਖਦੇ ਨੇ ਮਾਰਕਸਿਸਟ ਵਿੱਚ, ਪਰ ਜਦੋਂ ਪ੍ਰੈਕਟੀਕਲ ਕੰਮ ਕਰਨਾ ਪੈਂਦਾ ਜਾਂ ਪ੍ਰੈਕਟੀਕਲ ਕੋਈ ਗੱਲ ਕਰਨੀ ਪੈਂਦੀ ਹੈ, ਫਿਰ ਉਹਨਾਂ ਦੀ ਪਹੁੰਚ ਜਿਹੜੀ ਹੈਗੀ ਉਹ ਬੜੀ ਇੱਕ ਨਾ ਸਧਾਰਨ ਜੀ ਅਕੈਡਮਿਕ ਜੀ ਪਹੁੰਚ ਹੁੰਦੀ ਹੈ। ਉਹ ਲੜਾਈ ਦਾ ਰੁੱਖ ਜਿਹੜਾ ਹੈਗਾ ਡੈਮੋਕ੍ਰੇਸੀ ਵਿੱਚ, ਤੁਹਾਨੂੰ ਚੌਂਕ 'ਤੇ ਖੜ ਕੇ ਲੜਾਈ ਵੀ ਲੜਨੀ ਪੈਂਦੀ ਹੈ, ਕੋਈ ਮੁਜ਼ਾਹਰਾ ਕਰਨਾ ਪੈਂਦਾ, ਕੋਈ ਧਰਨਾ ਮਾਰਨਾ ਪੈਂਦਾ, ਤੁਹਾਨੂੰ ਲੋਕਾਂ ਨੂੰ ਨਾਲ ਲੈ ਕੇ ਤੁਰਨਾ ਪੈਂਦਾ ਸੜਕਾਂ 'ਤੇ। ਉਹ ਖਤਮ ਹੋ ਗਿਆ ਜਦੋਂ ਅਸੀਂ ਛੋਟੇ ਸੀ। ਆਪਾਂ ਤੁਸੀਂ ਦੇਖਿਆ ਹੋਣਾ ਕਿ ਆਮ ਤੌਰ 'ਤੇ CPI CPM ਦੇ ਜਿਹੜੀਆਂ ਲੈਫਟ ਪਾਰਟੀਆਂ ਸੀ, ਇਹਦੇ ਜਲੂਸ ਨਿਕਲਦੇ ਹੁੰਦੇ ਸੀ, ਇਹ ਮਜ਼ਦੂਰਾਂ ਦੇ ਹੱਕ ਵਿੱਚ, ਇਹ ਆਮ ਲੋਕਾਂ ਦੇ ਹੱਕ ਵਿੱਚ ਬੋਲਦੇ ਸੀ, ਇਹ ਮੁਲਾਜ਼ਮਾਂ ਦੇ ਹੱਕ ਵਿੱਚ ਬੋਲਦੇ ਸੀ। ਕਦੇ ਹੁਣ ਤੁਸੀਂ ਜਲੂਸ ਦੇਖਿਆ? ਇੱਕ ਜਿਹੜੀਆਂ ਆਂਗਨਵਾੜੀ ਲੜਕੀਆਂ ਹੈਗੀਆਂ, ਸ਼ਾਇਦ ਮੈਂ ਉਹਨਾਂ ਦਾ ਥੋੜ੍ਹਾ ਮੋਟਾ ਦੇਖਦਾ ਕਿ ਉਹ ਤਾਨੇ ਤੁਨੇ ਮਾਰ ਰਹੀਆਂ ਨੇ, ਬਾਕੀ ਕਦੇ ਮੈਂ ਤਾਂ ਦੇਖਿਆ ਨਹੀਂ ਕੋਈ CPM ਨੇ ਕਦੇ ਜਲੂਸ ਕੱਢਿਆ ਹੋਵੇ ਜਾਂ CPI ਨੇ ਕੱਢਿਆ। ਸਾਰੀਆਂ ਪਾਰਟੀਆਂ ਤਕਰੀਬਨ ਹੁਣ ਇਸ ਪੱਖੋਂ, ਉਹ ਆਰਮ ਚੇਅਰ ਜਿਹੜੀ ਪੋਲੀਟਿਕਸ ਹੈ ਨਾ, ਹੁਣ ਜਿਹਨੂੰ ਕਹਿੰਦੇ ਆ ਵੀ AC ਕਮਰੇ 'ਚ ਬੈਠੋ, ਚਾਰ ਪੱਤਰਕਾਰ ਬੁਲਾਓ, ਚੰਗਾ ਧਾਲੀਵਾਲ ਸਾਹਿਬ ਉਹਨੂੰ ਨਾਮ ਦਿੰਦਾ ਹੁੰਦਾ, ਚਾਹੇ ਇੱਥੇ ਪੰਜਾਬ ਦੇ ਵਿੱਚ ਨੇ, ਮੈਂ ਉਸ ਕੈਟਾਗਰੀ ਸੁਖਪਾਲ ਸਿੰਘ ਖਹਿਰਾ ਹੋਰੀ ਜਾਂ ਜਿਹੜੇ ਬੈਂਸ ਬ੍ਰਦਰ ਨੇ, ਉਹ ਈ ਨੇਤਾ ਨੇ, ਈ ਨੇਤਾ ਮਤਲਬ ਕਿ ਫੇਸਬੁੱਕ ਦੇ ਉੱਤੇ ਲਾਈਵ ਗਏ, ਉਹਦੇ ਗਿਣਲੇ ਥੱਲੇ ਕਮੈਂਟ ਜਿਹੜੇ ਆ ਜੀ ਉਹ ਕਿੰਨੇ ਆ ਗਏ। ਜਿਹੜੀ ਤੁਸੀਂ ਗੱਲ ਕੀਤੀ ਗਰਾਊਂਡ ਲੈਵਲ ਦੇ ਉੱਤੇ ਤਕਰੀਬਨ ਜਿਹੜੇ ਜੀ ਉਹ ਪਾਸੇ ਨਾ, ਉਹ ਰਿਹਾ ਨਹੀਂ ਮੇਲ ਲੋਕਾਂ ਨਾਲ ਮੇਲ ਜੋਲ ਨਹੀਂ ਰਿਹਾ। ਅੱਛਾ, ਇੱਕ ਸਿਆਸਦਾਨ ਨੂੰ ਬੜਾ, ਚਲੋ ਸਿਆਸਦਾਨ ਚੁਸਤ ਵੀ ਬੜਾ ਹੋ ਗਿਆ ਸਾਡੇ ਦੇਸ਼ ਦਾ ਨਾ, ਉਹਨੂੰ ਪਤਾ ਕਿ ਯਾਰ ਪੈਸੇ ਦੇ ਕੇ ਇਲੈਕਸ਼ਨ ਲਾਉਣੀ, ਪੈਸੇ ਲਾਉਣੇ ਆ, ਇਲੈਕਸ਼ਨ ਜਿੱਤਣੀ ਹੈ ਅਤੇ ਆਮ ਲੋਕਾਂ ਦਾ ਬੁੱਧੂ ਬਣਾਉਣਾ, ਕੋਈ ਨਾ ਕੋਈ ਕੋਈ ਤਰੀਕਾ ਲੱਭ ਹੀ ਲੈਣਾ, ਕੀ ਕਾਹਨੂੰ ਬੜੀ ਮਿਹਨਤ ਕਰਨੀ ਲੋੜ ਕੀ ਹੈ। ਸਰਬਜੀਤ ਸਿੰਘ ਧਾਲੀਵਾਲ ਜੀ ਸਾਡੇ ਨਾਲ ਮਹਿਮਾਨ ਮੌਜੂਦ ਨੇ ਫਾਇਰ ਲਾਈਨ ਦੇ ਵਿੱਚ। ਇੱਕ ਸਵਾਲ ਜਿਹੜਾ ਉਹਨਾਂ ਨੇ ਰੇਜ਼ ਕੀਤਾ, ਉੱਥੋਂ ਮੈਂ ਦੁਬਾਰਾ ਜਿਹੜਾ ਜੀ ਅੱਗੋਂ ਆਊਂਗਾ ਕਿ ਜਿਹੜੀ ਉਹਨਾਂ ਨੇ ਕਿਹਾ ਕਿ ਜਿਹੜੇ ਕ੍ਰਾਈਸਿਸ ਹੈ ਇੱਕ ਲੀਡਰਸ਼ਿਪ ਦਾ, ਉਹ ਪੰਜਾਬ ਦੇ ਵਿੱਚ ਵੀ ਵੇਖਣ ਨੂੰ ਜਿਹੜਾ ਜੀ ਉਹ ਮਿਲ ਰਿਹਾ, ਕਿਵੇਂ ਉਹਦੇ ਉੱਤੇ ਗੱਲਬਾਤ ਧਾਲੀਵਾਲ ਸਾਹਿਬ ਦੇ ਨਾਲ ਕਰਦੇ ਹਾਂ, ਔਰ ਪੰਜਾਬ ਦੇ ਵੱਲ ਨੂੰ ਵੀ ਥੋੜ੍ਹਾ ਜਿਹੜਾ ਜੀ ਉਹ ਅਸੀਂ ਆਵਾਂਗੇ ਜੋ ਕੁਝ ਪੁਲਿਸ ਦੇ ਵਿੱਚ ਵੀ ਓਵਰਆਲ ਚੱਲ ਰਿਹਾ, ਔਰ ਖਾਸ ਤੌਰ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਜਿਹੜੀ ਬਹਿਸ ਹੋਈ ਹੈ ਉਹਦਾ ਕੀ ਪ੍ਰਭਾਵ ਭਾਰਤੀ ਰਾਜਨੀਤੀ ਦੇ ਉੱਤੇ ਪੈ ਸਕਦਾ ਹੈ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਵਰਤ ਰਹੇ। ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਬ੍ਰੇਕ ਤੋਂ ਬਾਅਦ ਫਾਇਰ ਲਾਈਨ ਦੇ ਵਿੱਚ। ਸਰਬਜੀਤ ਸਿੰਘ ਧਾਲੀਵਾਲ ਜੀ ਅੱਜ ਦੇ ਇਸ ਫਾਇਰ ਲਾਈਨ ਦੇ ਵਿੱਚ ਮੌਜੂਦ ਨੇ, ਗੱਲਬਾਤ ਕਰ ਰਹੇ ਆ ਜੋ ਕੁਛ ਜਿਹੜਾ ਆਪਣੇ ਪਿਛਲੇ ਕੁਛ ਦਿਨਾਂ ਦੇ ਦੌਰਾਨ, ਪਿਛਲੇ ਕੁਛ ਘੰਟਿਆਂ ਦੇ ਦੌਰਾਨ ਜਿਹੜਾ ਦੀ ਵਾਪਰਿਆ ਉਹਦੇ ਕੀ ਪ੍ਰਭਾਵ ਜਿਹੜੇ ਉਹ ਪੈ ਸਕਦੇ ਆ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਧਾਲੀਵਾਲ ਸਾਹਿਬ ਤੁਸੀਂ ਇੱਕ ਅਹਿਮ ਇਸ਼ਾਰਾ ਕੀਤਾ ਸੀ, ਅੱਜ ਵੀ ਮੈਂ ਪੜ੍ਹ ਰਿਹਾ ਚਰਨਜੀਤ ਭੁੱਲਰ ਜੀ ਦੀ ਰਿਪੋਰਟ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੁਰੀ ਨੇ ਉਹ ਹੁਣ ਕਿਉਂਕਿ 90 ਕ੍ਰੋਸ ਕਰ ਗਏ ਆ ਉਹ ਈਜ਼ੀ ਹੋ ਗਏ, ਕੈਪਟਨ ਅਮਰਿੰਦਰ ਸਿੰਘ ਹੁਰੀ 80 ਦੇ ਵਿੱਚ ਜਿਹੜੇ ਪਹੁੰਚ ਗਏ, ਉਦੋਂ ਬਾਅਦ ਕਾਂਗਰਸ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਮੌਕਾ ਸੀ, ਉਹ ਵੀ ਇੱਕ ਕੋਈ ਲੀਡਰ ਤਾਂ ਜਿਹੜਾ ਜੀ ਅਹਿਮ ਨਹੀਂ ਦੇ ਸਕੇ ਅਜੇ ਤੱਕ ਜੋ ਲੱਗ ਰਿਹਾ। ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਉੱਤੇ ਉਹਨਾਂ ਦੀ ਟੇਕ ਜਿਹੜੀ ਉਹ ਜਾਪਦੀ ਹੈ। ਇਹ ਜਿਹੜੀ ਤੁਸੀਂ ਲੀਡਰਸ਼ਿਪ ਕ੍ਰਾਈਸਿਸ ਦੀ ਗੱਲ ਕੀਤੀ ਹੈ, ਇਹਦਾ ਕਾਰਨ ਜਿਹੜਾ ਜੀ ਪ੍ਰਮੁੱਖ ਇਹੀ ਆ ਕਿ ਕਿਸੇ ਦੂਸਰੇ ਨੂੰ ਜਾਂ ਨਵੇਂ ਨੂੰ ਉਭਰਨ ਨਹੀਂ ਦਿੱਤਾ ਜਾਂਦਾ? ਬਿਲਕੁਲ ਇਹੀ ਕਾਰਨ ਹੈ ਜੀ, ਤੁਸੀਂ ਠੀਕ ਨਬਜ਼ ਫੜੀ ਹੈ ਗੱਲ ਦੀ। ਇੱਕ ਤਾਂ ਜਿਹੜੀ ਲੀਡਰਸ਼ਿਪ ਆ ਉਹ ਅੰਤਰਮੁਖੀ ਹੋ ਗਈ, ਕੁਛ ਘਰਾਂ 'ਚ ਵੜ ਗਈ ਉਹ ਜੀ। ਇਸ ਵੇਲੇ ਜੇ ਤੁਸੀਂ ਪੰਜਾਬ 'ਤੇ ਨਜ਼ਰ ਮਾਰੋ, ਪੰਜਾਬ ਦੀ ਸਿਆਸਤ 'ਤੇ ਨਜ਼ਰ ਮਾਰੋ, ਇਹੀ 6-7 ਪਰਿਵਾਰ ਮੈਂ ਤਾਂ 40 ਤੋਂ ਦੇਖ ਰਿਹਾ ਕਿ ਸੱਤਾ ਨੂੰ ਚਿੰਬੜੇ ਹੋਏ ਨੇ, ਸੱਤਾ ਨਾਲ ਇਹਨਾਂ ਦੇ ਪ੍ਰਭਾਵ ਥੱਲੇ ਹੀ ਸੱਤਾ ਚੱਲਦੀ ਹੈ, ਇਹਨਾਂ ਦੇ ਸੱਤਾ ਆਲੇ ਦੁਆਲੇ ਘੁੰਮਦੀ ਹੈਗੀ। ਅੱਛਾ, ਇਹ ਸਾਰੇ ਕੁਝ ਦੇ ਰਿਸ਼ਤੇਦਾਰ ਵੀ ਨੇ, ਹੈ ਨਾ? ਤੁਸੀਂ ਦੇਖੋ ਵੀ ਕਹਿੰਦਾ ਬਾਦਲ ਪਰਿਵਾਰ ਹੈ, ਕਾਫੀ ਵੱਡਾ ਪਰਿਵਾਰ ਹੈ, ਉਹਨਾਂ ਦੇ ਘੱਟੋ ਘੱਟ 8-10 ਜਾਂ ਖੁਦ ਮਤਲਬ ਉਹ ਹੈਗੇ ਨੇ ਜਾਂ ਉਹਨਾਂ ਦੇ ਰਿਸ਼ਤੇਦਾਰ ਹੈਗੇ ਨੇ। ਇਸ ਤਰ੍ਹਾਂ ਹੀ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਹੋ ਗਏ, ਇਸ ਤਰ੍ਹਾਂ ਹੀ ਕਹਿੰਦਾ ਦੂਸਰੇ ਲੀਡਰ ਜਿਹੜੇ ਹੈਗੇ ਨੇ, ਹੁਣ ਤਾਂ ਜਿਹੜੇ ਛੋਟੇ ਲੀਡਰ ਨੇ ਨੰਬਰ ਪਹਿਲਾਂ ਦੂਜੀ ਕਤਾਰ ਦੇ ਲੀਡਰ ਸੀ, ਉਹਨਾਂ ਉਹ ਵੀ ਆਪਸ ਦੇ ਰਿਸ਼ਤੇਦਾਰ ਬਣ ਗਏ ਨੇ ਬਹੁਤ ਸਾਰੇ। ਜੇ ਤੁਸੀਂ ਇਹਦਾ ਜੋੜ ਘਟਾਓ ਕਰੋ ਤਾਂ ਤੁਹਾਨੂੰ ਪਤਾ ਲੱਗਿਆ ਕਿ ਇਹ ਸਿਆਸਤ ਕਿਵੇਂ ਆਸ ਵਿੱਚ 10-20 ਘਰਾਂ ਦੇ ਨਾਲ ਹੀ ਸਾਰੀ ਸੰਬੰਧਿਤ ਹੈਗੀ, 10-20 ਘਰ ਹੀ ਇਹਨੂੰ ਸਿਆਸਤ ਨੂੰ ਚਲਾ ਰਹੇ ਨੇ, ਕਿਵੇਂ ਆਪਸ ਇੱਕ ਦੂਜੇ ਦੇ ਰਿਸ਼ਤੇਦਾਰ ਵੀ ਨੇ, ਕੋਈ ਕਿਸੇ ਦਾ ਸਾਲਾ ਹੈ, ਕੋਈ ਕਿਸੇ ਦਾ ਭੜੂਈਆ, ਕੋਈ ਕਿਸੇ ਦਾ ਕੁੜਮਾ, ਜਿਹੜੇ ਮਤਲਬ ਕਿ ਰਿਸ਼ਤੇ ਵੀ ਹੁੰਦੇ ਆ ਉਹ ਇਹਨੂੰ ਪ੍ਰਮੁੱਖ ਰੱਖਦੇ ਨੇ ਕਿ ਕਿਹੜਾ ਸਟਰੋਂਗ ਹੋ। ਹਾਂ, ਇਹ ਮੈਂ ਤਾਂ ਕਹਾਂਗਾ ਪੰਨੂ ਸਾਹਿਬ, ਤੁਸੀਂ ਕਿਸੇ ਚੰਗੇ ਬੰਦੇ ਨੂੰ ਬੁਲਾ ਕੇ ਨਾ ਸਿਆਸਤਦਾਨ ਨੂੰ, ਕਦੇ ਇਹਨਾਂ ਦੇ ਰਿਸ਼ਤੇਦਾਰੀਆਂ ਦੇ ਵੀ ਇੱਕ ਚੰਗਾ ਪ੍ਰੋਗਰਾਮ ਕਰੋ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਆਪਸ ਵਿੱਚ ਕਿਵੇਂ ਇੰਟਰਕਨੈਕਟਡ ਨੇ ਇਹ ਲੋਕ, ਕਿਵੇਂ ਇੱਕ ਦੂਜੇ ਨਾਲ ਜੁੜੇ ਹੋਏ ਨੇ, ਕੋਈ ਕਿਸੇ ਦਾ ਕੁੜਮ ਹੈ, ਕੋਈ ਕਿਸੇ ਦਾ ਸਹੁਰਾ ਹੈ, ਕੋਈ ਕਿਸੇ ਦਾ ਫੁੱਫੜ ਹੈ, ਕੋਈ ਕਿਸੇ ਦੀ ਨੂੰਹ ਹੈ, ਇਸ ਤਰ੍ਹਾਂ ਦਾ ਸਿਸਟਮ ਇਸ 'ਤੇ ਬਣਿਆ ਹੋਇਆ ਪੰਜਾਬ ਦੀ ਸਿਆਸਤ ਵਿੱਚ। ਜਿਹੜੇ ਆਹ ਬਾਕੀ ਵਿਚਾਰੇ ਬਸਤਾ ਚੱਕਣ ਵਾਲੇ ਲੋਕ ਹੁੰਦੇ ਨੇ, ਫਿਰ ਉਹਨੂੰ ਕਦੇ ਨਾ ਕਦੇ ਟਿਕਟ ਦੇ ਦਿੰਦੇ ਨੇ 30 ਪਹਿਲਾਂ, ਉਹ 20-25 ਸਾਲ ਉਹਨਾਂ ਦਾ ਬਸਤਾ ਚੱਕਦੇ ਬੜੇ ਲੀਡਰਾਂ ਦਾ, ਫਿਰ ਉਹਨੂੰ ਕਦੇ ਨਾ ਕਦੇ ਜਦੋਂ ਬਾਹਲਾ ਰੋਣ ਲੱਗਦਾ ਹੈ, ਜਦੋਂ ਬਾਹਲਾ ਰਿਹਾੜ ਕਰਦਾ ਜਿਹਨੂੰ ਕਹਿੰਦਾ ਪੰਜਾਬੀ 'ਚ, ਫਿਰ ਉਹਨੂੰ ਕਦੇ ਨਾ ਕਦੇ ਟਿਕਟ ਦੇ ਦਿੰਦੇ, ਕਹਿੰਦੇ ਵੀ ਤੈਨੂੰ ਇੱਥੋਂ MLA ਰਲਾ ਰਹੇ ਹਾਂ, ਤੂੰ ਚੱਲ, ਤੂੰ ਵੀ ਪਾਰਟੀ ਦੀ ਹੁਣ ਬਹੁਤ ਦੇਰ ਤੋਂ ਸੇਵਾ ਕਰ, ਸਾਡੀ ਸੇਵਾ ਕਰਦੇ ਨੇ, ਪਾਰਟੀ ਦੀ ਕਾਹਦੀ ਸੇਵਾ ਕਰਦੇ ਨੇ, ਚੱਲ ਤੈਨੂੰ ਵੀ ਕਿਤੇ ਨਾ ਕਿਤੇ ਦੇ ਕੇ ਟਿਕਟ ਦੇ ਕੇ ਐਡਜਸਟ ਕਰਦਾ। ਤੋ ਇਸ ਤਰ੍ਹਾਂ ਦੀ ਸਿਆਸਤ ਹੈ, ਉਸ ਤਰ੍ਹਾਂ ਦੀ ਸਿਆਸਤ
ਉਭਰੇਗਾ। ਧਾਲੀਵਾਲ ਸਾਹਿਬ, ਜਿਹੜੇ ਜਿਹੜਾ ਜਿਹੜਾ ਆਮ ਬੰਦਾ ਜਿਹੜਾ ਪਾਰਟੀਆਂ ਨਾਲ ਜੁੜਿਆ ਹੋਇਆ ਉਹਦੇ ਵਾਸਤੇ ਚੇਅਰਮੈਨੀਆਂ ਹੁੰਦੀਆਂ ਨੇ, ਉਹ ਲਾਲ ਸਿੰਘ ਹੋਰੀ ਮਿਨਿਸਟਰ ਰਹੇ ਚੇਅਰਮੈਨੀ ਉਹਨਾਂ ਕੋਲ, ਰਜਿੰਦਰ ਕੌਰ ਭੱਟਲ ਹੋਰੀ ਮੁੱਖ ਮੰਤਰੀ ਤੱਕ ਰਹਿ ਗਏ, ਚੇਅਰਪਰਸਨ ਉਹਨਾਂ ਨੂੰ ਲਾਤਾ, ਜਿਹੜੇ ਜਿਹੜਾ ਆਮ ਵਰਕਰ ਸੀ ਉਹਦੇ ਲਈ ਤਾਂ ਇਹ ਵੀ ਸਾਰਾ ਕੁਝ ਮੁੱਕ ਗਿਆ। ਆਮ ਵਰਕਰ ਦੀ ਤਾਂ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਕਿ ਇੱਕ ਮੇਰਾ ਦੋਸਤ ਹੈ, ਉਹ ਵਿਚਾਰਾ ਕਿਸੇ ਦਾ ਪਹਿਲਾਂ ਕਿਸੇ ਲੀਡਰ ਦਾ ਦੋ ਬਸਤਾ ਚੱਕਦਾ ਹੁੰਦਾ ਸੀ, ਵੱਡੇ ਲੀਡਰ ਦਾ। ਅੱਛਾ ਅੱਛਾ। ਫਿਰ ਉਹ ਲੀਡਰ ਦਾ ਮੁੰਡਾ ਜਵਾਨ ਹੋ ਗਿਆ। ਹਾਂ, ਫਿਰ ਉਹਨੇ ਮੈਨੂੰ ਕਿਹਾ, ਮੈਂ ਕਿਹਾ ਕੀ ਕਰਨਾ ਅੱਜ ਕੱਲ੍ਹ? ਕਹਿੰਦਾ ਪਹਿਲਾਂ ਤਾਂ ਵੱਡੇ ਸਾਹਿਬ ਦਾ ਬਸਤਾ ਚੱਕਿਆ, 25-30 ਸਾਲ ਹੋ ਗਏ ਹੁਣ। ਮੈਂ ਕਹਿੰਦਾ ਮੈਨੂੰ ਇੱਕ ਦਿਨ ਸਾਹਿਬ ਨੇ ਬੁਲਾਇਆ, ਮੈਨੂੰ ਤਾਂ ਐਂ ਸੀ ਵੀ ਕੋਈ ਜ਼ਿਲ੍ਹਾ ਪਰਿਸ਼ਦ ਦਾ ਕਿਤੇ ਨਾ ਕਿਤੇ ਚੇਅਰਮੈਨ ਜਾਂ ਕਿਤੇ ਕੋਈ ਬਲਾਕ ਸੰਮਤੀ ਦਾ ਕਿਤੇ ਨਾ ਚੇਅਰਮੈਨ ਬਣਾਏਗਾ ਜਾਂ ਕਿਤੇ ਨਾ ਕਿਤੇ ਕਾਰਪੋਰੇਸ਼ਨ 'ਚ ਐਡਜਸਟ ਕਰਾਏਗਾ। ਮੈਨੂੰ ਕਹਿੰਦਾ ਵੀ ਹੁਣ ਆਪਣਾ ਕਾਕਾ ਜਵਾਨ ਹੋ ਗਿਆ, ਤੂੰ ਇਹਦੇ ਨਾਲ ਤੇਰਾ ਐਕਸਪੀਰੀਅੰਸ ਬੜਾ ਹੈ, ਤੂੰ ਇਹਨੂੰ ਗਾਈਡ ਕਰਿਆ ਕਰ ਵੀ ਕਿਵੇਂ ਸਿਆਸਤ ਚਲਾਉਣੀ ਹੈ। ਕਹਿੰਦਾ ਮੈਂ ਤਾਂ ਬੜਾ ਨਿਰਾਸ਼ ਹਾਂ ਯਾਰ, ਕਹਿੰਦਾ ਇਸ ਤਰ੍ਹਾਂ ਬਸਤਾ ਮੈਨੂੰ ਹੁਣ ਮੁੰਡੇ ਦਾ ਬਸਤਾ ਚੁਕਾਤਾ, ਦੱਸੋ ਮੈਂ 25 ਸਾਲ ਇਹਦਾ ਬਸਤਾ ਚੱਕਿਆ, ਕਿਤੇ ਮੇਰੀ ਕਿੱਥੇ ਐਡਜਸਟਮੈਂਟ ਹੋਏਗੀ? ਉਹ ਨਿਰਾਸ਼ ਹੋ ਕੇ ਵਿਚਾਰਾ ਘਰੇ ਜਾ ਕੇ ਬਹਿ ਗਿਆ। ਇਸ ਤਰ੍ਹਾਂ ਦੇ ਹਜ਼ਾਰਾਂ ਹੀ ਵਰਕਰ ਨੇ ਜਿਨ੍ਹਾਂ ਦਾ ਇਸ ਤਰ੍ਹਾਂ ਦੀ ਦੁਰਦਸ਼ਾ ਹੁੰਦੀ ਹੈ, ਵਿਚਾਰੇ ਸਾਰੀ ਉਮਰ ਢੋਈ ਜਾਂਦੇ ਨੇ, ਕੀ ਕਹਿੰਦੇ ਭਾਰ ਢੋਈ ਜਾਂਦੇ ਲੀਡਰਾਂ ਦਾ, ਮੁੜ ਕੇ ਕੀ ਕਹਿੰਦੇ ਖੁੰਝੇ ਲੱਗ ਜਾਂਦੇ ਨੇ, ਨਵੇਂ ਬੰਦੇ ਆ ਜਾਂਦੇ ਨੇ ਮੂਹਰੇ। ਸੋ ਸਾਡੀ ਜਿਹੜੀ ਸਿਆਸਤ ਹੈ ਇਹ ਬੜੀ ਮਤਲਬ ਕਿ ਇਹਨੂੰ ਕਹਿੰਦੇ ਕਿ ਇਹਦੇ 'ਚ ਬਹੁਤ ਸਾਰੀਆਂ ਕਮਜ਼ੋਰੀਆਂ ਹੈਗੀਆਂ। ਜਿਹੜੇ ਅਮੀਰ ਲੋਕ ਨੇ ਜਾਂ ਜਿਹਨੂੰ ਕਹਿੰਦੇ ਵੀ ਵੱਡੇ ਵਰਗ ਜਿਹੜੇ ਪੈਸੇ ਵਾਲੇ ਲੋਕ ਨੇ, ਉਹਨਾਂ ਨੇ ਸਿਆਸਤ 'ਤੇ ਕਬਜ਼ਾ ਕਰ ਲਿਆ, ਅਤੇ ਆਮ ਲੋਕਾਂ ਦਾ ਕੁਛ ਨਹੀਂ ਬਣਦਾ ਇਹਦੇ ਵਿੱਚ। ਧਾਲੀਵਾਲ ਸਾਹਿਬ, ਜਿਹੜਾ ਜਿਹੜੇ ਲੋਕ ਨੇ, ਤੁਸੀਂ ਆਮ ਲੋਕਾਂ ਦੀ ਗੱਲ ਕੀਤੀ ਹੈ, ਉਹ ਸਵਾਲ ਨਹੀਂ ਕਰਨ ਲੱਗੇ, ਉਹ ਚਾਪਲੂਸੀ ਕਰਦੇ ਆ ਆਪਣੇ ਤੋਂ ਅੱਧੀ ਉਮਰ ਦੇ ਵੀ, ਉਹ ਵੀ ਗੋਡੀਆਂ ਹੱਥ ਜਾਂ ਉਹਦੇ ਪੈਰੀਆਂ ਹੱਥ ਜਿਹੜਾ ਜੀ ਉਹ ਲਾਈ ਜਾਂਦੇ, ਇਹਦੇ ਵਿੱਚ ਲੋਕਾਂ ਦਾ ਕਸੂਰ ਵੀ ਹੈ ਕਿਤੇ? ਬਿਲਕੁਲ ਹੈਗਾ। ਦੇਖੋ ਆਪਣੀ ਅਸਲ ਵਿੱਚ ਕਾਰਨ ਇਹ ਹੈ ਕਿ ਇਹਨਾਂ ਲੋਕਾਂ ਦੀ ਸ਼ਖਸੀਅਤ ਉੱਭਰਦੀ ਨਹੀਂ। ਜਦੋਂ ਮੈਂ ਕਿਸੇ ਦਾ ਬਸਤਾ ਚੁੱਕਣ ਲੱਗਦਾ, ਮੇਰੀ ਸ਼ਖਸੀਅਤ ਉੱਭਰੇਗੀ ਨਹੀਂ। ਮੇਰਾ ਜਿਹੜਾ ਸਥਾਨ ਹੋਏਗਾ ਉਹ ਆਮ ਲੋਕਾਂ 'ਚ ਇਹ ਹੋਏਗਾ ਕਿ ਉਹਨਾਂ ਦਾ ਅਸਿਸਟੈਂਟ ਹੈ ਜੀ ਇਹ। ਜਦੋਂ ਅਸਿਸਟੈਂਟ ਦਾ ਦਰਜਾ ਮਿਲ ਜਾਂਦਾ ਤਾਂ ਫਿਰ ਮੇਰੀ ਸ਼ਖਸੀਅਤ ਉਦੋਂ ਉੱਭਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਤਰ੍ਹਾਂ ਵਿਚਾਰੇ ਜਿਹੜੇ ਪੋਲੀਟੀਕਲ ਵਰਕਰ ਆ ਜਿਹੜੇ ਲੋਕਾਂ ਨੂੰ ਅਸਿਸਟ ਕਰਦੇ ਵੱਡੇ ਲੀਡਰਾਂ ਨੂੰ, ਉਹਨਾਂ ਦਾ ਹਮੇਸ਼ਾ ਇਸ ਤਰ੍ਹਾਂ ਦਾ ਇੱਕ ਸਟੇਟਸ ਬਣ ਜਾਂਦਾ ਹੈ ਕਿ ਉਹ ਮੁੜ ਕੇ ਆਪਣੇ ਆਪ ਨੂੰ ਆਪਣੀ ਸ਼ਖਸੀਅਤ ਨੂੰ ਉਭਾਰ ਨਹੀਂ ਸਕਦੇ। ਇਸ ਕਰਕੇ ਉਹ ਫਿਰ ਲੀਡਰ ਮਰਜ਼ੀ ਨਹੀਂ ਹੁੰਦੇ, ਲੀਡਰ ਬਣਦੇ ਨਹੀਂ ਹੈਗੇ। ਬਾਕੀ ਗਲਬਾ ਐਡਾ ਵੱਡਾ ਪੈ ਗਿਆ ਇਹਨਾਂ ਲੋਕਾਂ ਦਾ ਸਿਆਸਤ ਵਿੱਚ ਕਿ ਨਵੇਂ ਬੰਦਨ ਜੇ ਉੱਠਦਾ ਹੈ ਤਾਂ ਉਹਦੇ ਖਿਲਾਫ਼ ਸੌ ਕਿਸੇ ਦੇ ਦੋਸ਼ ਲਾ ਆਉਂਦੇ ਨੇ, ਜਾਂ ਪੁਲਿਸ ਨੂੰ ਕਹਿੰਦੇ ਵੀ ਇਹਦੇ 4 ਕੇਸ ਬਣਾ, ਜਾਂ ਕੋਈ ਹੋਰ ਇਸ ਤਰ੍ਹਾਂ ਦਾ ਵਰਤਾਰਾ ਉਹਨੂੰ ਕਿਤੇ ਨਾ ਕਿਤੇ ਫਸਾ ਦਿੰਦੇ ਨੇ, ਵਿਚਾਰਾ ਉਹ ਕਹਿੰਦਾ ਫਿਰ ਇਹ ਕੇਸਾਂ 'ਚ ਉਲਝ ਕੇ ਰਹਿ ਜਾਂਦਾ ਹੈਗਾ, ਤਾਂ ਉਹਨੂੰ ਉੱਠਣ ਦਿੰਦੇ। ਜਦੋਂ ਕੋਈ ਨਵੇਂ ਮੁੰਡੇ ਉੱਠਦੇ ਨੇ ਆਪਣੇ ਕਹਿੰਦੇ ਕਿਸੇ ਵੀ ਕਾਂਸਟੀਚੁਐਂਸੀ ਵਿੱਚ, ਵਿਚਾਰਿਆਂ ਨੂੰ ਕਿੰਨਾ ਵਿਰੋਧ ਕਰਨਾ ਪੈਂਦਾ, ਕਿੰਨਾ ਉਹਨਾਂ ਨੂੰ ਮਤਲਬ ਦਿਸ਼ਾਵਰੀਆਂ ਝੱਲਣੀਆਂ ਪੈਂਦੀਆਂ ਨੇ, ਕਿੰਨੀਆਂ ਖਾਈਆਂ ਝੱਲਣੀਆਂ ਪੈਂਦੀਆਂ ਨੇ, ਕਦੇ ਪੁਲਿਸਾਂ ਨੂੰ ਫੜਾਤਾ, ਕਦੇ ਕੋਈ ਹੋਰ ਕਿਹੋ ਜਿਹਾ ਪੰਗੇ 'ਚ ਪਵਾਤਾ, ਕਦੇ ਉਹਨਾਂ ਨੂੰ ਸਰਪੰਚੀ 'ਚੋਂ ਹਰਾਤਾ। ਤੋ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ, ਨਵੀਂ ਲੀਡਰ ਦਾ ਉਭਾਰ ਨਹੀਂ ਹੋ ਰਿਹਾ, ਨਵੀਂ ਲੀਡਰਸ਼ਿਪ ਦਾ, ਉਹਦੇ ਕਰਕੇ ਨਵੇਂ ਸਾਡੇ ਕੋਲ ਅੱਛੇ ਬੁਲਾਰੇ ਨਹੀਂ ਪੈਦਾ ਹੋ ਰਹੇ। ਤੁਸੀਂ ਦੇਖਿਆ ਕਿ ਸਾਡੇ ਕੋਲ 3 ਜਾਂ 4 ਲੀਡਰ ਸੀਗੇ ਵਧੀਆ ਬੁਲਾਰੇ, ਉਹਨਾਂ ਵਿੱਚੋਂ ਇੱਕ ਬੀਰ ਦਵਿੰਦਰ ਸੀਗਾ, ਵਧੀਆ ਬੁਲਾਰਾ ਸੀਗਾ, ਇੱਕ ਜਗਮੀਤ ਸਿੰਘ ਬਰਾੜ ਬਹੁਤ ਵਧੀਆ ਬੁਲਾਰਾ ਸੀ, ਇੱਕ ਜਸਵੀਰ ਸਿੰਘ ਸੀਗੇ ਸੰਗਰੂਰ ਤੋਂ, ਬੜੇ ਅੱਛੇ ਬੁਲਾਰੇ ਸੰਭਾਲਦੇ ਬੱਚੇ। ਹਾਂ, ਭਾਵੇਂ ਉਹ ਉਹਦੀ ਡਾਲੋਜੀ ਕੋਈ ਵੀ ਹੋਵੇ ਪਰ ਉਹ ਵੀ ਅੱਛੇ ਬੁਲਾਰੇ ਸੀਗੇ। ਇਸ ਤਰ੍ਹਾਂ ਦੇ ਹੋਰ ਵੀ ਬੁਲਾਰੇ ਚੰਗੇ ਸੀਗੇ, ਕੁਛ ਜਿਹੜੇ 5-4 ਬੰਦੇ ਹੈਗੇ ਜਿਹੜੇ ਤੁਹਾਡੀ ਨਜ਼ਰ 'ਚ ਆਉਂਦੇ ਹੋਣਗੇ, ਪਰ ਉੱਠ ਨਹੀਂ ਸਕੇ ਵਿਚਾਰੇ। ਜਸਵੀਰ ਸਿੰਘ ਹੁਣ ਅੱਜ ਕੱਲ੍ਹ ਪਤਾ ਨਹੀਂ ਕਿੱਥੇ ਨੇ, ਗੁੰਮਨਾਮੀ। ਉਹ ਵਿਚਾਰੇ ਕਿਤਾਬਾਂ ਪੜ੍ਹਦੇ ਨੇ, ਮੈਂ ਦੇਖਿਆ, ਮੇਰਾ ਉਹਨਾਂ ਨਾਲ ਸਹਿਚਾਰ ਹੈਗਾ ਕਿਉਂਕਿ ਉਹ ਕਿਤਾਬਾਂ ਬਹੁਤ ਪੜ੍ਹਦੇ ਨੇ। ਉਹ ਹਮੇਸ਼ਾ 22 ਨੰਬਰ ਫਾਟਕ 'ਤੇ ਆਉਂਦੇ ਨੇ, ਉੱਥੇ ਕਿਤਾਬਾਂ ਦੀ ਦੁਕਾਨ ਆ, ਉੱਥੋਂ ਕਿਤਾਬਾਂ ਲੈਂਦੇ ਨੇ, ਅਤੇ ਹਮੇਸ਼ਾ ਉਹ ਕਿਤਾਬ ਪੜ੍ਹ ਕੇ ਉਹ ਡਿਸਕਸ ਵੀ ਕਰਦੇ ਆਪਣੇ 4-5 ਦੋਸਤਾਂ ਜਿਹੜੇ ਹੈਗੇ ਨੇ ਕਿ ਆਹ ਕਿਤਾਬ ਜਾਂ ਰਾਹ ਲਿਖਿਆ ਇਹਦੇ 'ਚ ਹੈਗਾ। ਅਤੇ ਇਸ ਤਰ੍ਹਾਂ ਜਗਮੀਤ ਬਰਾੜ ਦਾ ਕੀ ਹਾਲ ਹੈ, ਹੈ ਨਹੀਂ, ਅਤੇ ਵੀਰਦਵਿੰਦਰ ਸਿੰਘ ਦਾ ਕੀ ਹਾਲ ਹੈ ਇਸ ਵੇਲੇ? ਤੋ ਜਿਹੜੇ ਵੱਡੇ ਬੁਲਾਰੇ ਸੀ, ਕਾਰਨ ਕੀ ਹੈ ਕਿ ਇਹ ਬੰਦੇ ਆਰਥਿਕ ਤੌਰ 'ਤੇ ਬਹੁਤੇ ਮਜ਼ਬੂਤ ਨਹੀਂ ਸੀਗੇ। ਆਰਥਿਕ ਬੰਦ ਕੁਛ ਤਾਂ ਉਹਨਾਂ 'ਚ ਆਪ ਵੀ ਕਮੀਆਂ ਹੋਣਗੀਆਂ, ਖੈਰ ਆਪਦੀਆਂ ਕਮੀਆਂ ਵੀ ਹੋਣਗੀਆਂ, ਪਰ ਆਰਥਿਕ ਪਹਿਲੂ ਸੀ ਜਿਹੜੇ, ਇਹ ਵੀ ਵੱਡੇ ਕਾਰਨ ਸੀ। ਇਹਨਾਂ ਜਿਹੜੇ ਲੀਡਰ ਸੀਗੇ, ਇਹਨਾਂ ਨੂੰ ਜਿਹੜੇ ਆਲੇ ਦੁਆਲੇ ਦੇ ਲੀਡਰ ਸੀ ਵੱਡੇ, ਉਹਨਾਂ ਨੇ ਦਰੜ ਕੇ ਰੱਖਤਾ, ਉੱਠਣ ਹੀ ਨਹੀਂ ਦਿੱਤਾ। ਜਿਵੇਂ ਜਗਮੀਤ ਬਰਾੜ ਦੀ ਤੁਹਾਨੂੰ ਸਿਆਸਤ ਦਾ ਸਾਰੇ ਪਤਾ ਹੈਗਾ ਕਿ ਉਹਦੇ ਆਲੇ ਦੁਆਲੇ ਕਿਵੇਂ ਫੋਰਸ ਇਕੱਠੀਆਂ ਹੋਈਆਂ, ਕਿਵੇਂ ਉਹਨੂੰ ਦਰੜ ਕੇ ਰੱਖਿਆ, ਇਸ ਤਰ੍ਹਾਂ ਬੀਰਦਵਿੰਦਰ ਨੂੰ ਦਰੜ ਕੇ ਰੱਖਿਆ। ਸੋ ਇਹੋ ਜਿਹੇ ਗੱਲਾਂ ਹੈਗੀਆਂ ਪੰਜਾਬ ਦੀ ਸਿਆਸਤ ਜਿਹੜੀ ਹੈਗੀ, ਉਹ ਜਿਵੇਂ ਕਹਿੰਦੇ ਨੇ ਕਿ ਅੰਮ੍ਰਿਤਾ ਪ੍ਰੀਤਮ ਨੇ ਇੱਕ ਵਾਰੀ ਖੁਸ਼ਵੰਤ ਸਿੰਘ ਕੋਲ ਗਈ, ਅਤੇ ਉਹਨੇ ਖੁਸ਼ਵੰਤ ਸਿੰਘ ਨੂੰ ਕਿਹਾ ਕਿ ਮੈਂ ਆਪਣੀ ਆਤਮ ਕਥਾ, ਮੈਂ ਆਪਣੀ ਜੀਵਨੀ ਲਿਖ ਰਹੀ ਹਾਂ। ਉਹ ਕਹਿੰਦਾ ਤੇਰੀ ਕਾਹਦੀ ਜੀਵਨੀ ਹੈ? ਕਹਿੰਦਾ ਮੈਂ ਰਸੀਦੀ ਟਿਕਟ ਦੇ ਮਗਰ ਲਿਖਦਿਆਂ, ਰਸੀਦੀ ਟਿਕਟ ਐਡੀ ਕੁ ਹੁੰਦੀ ਆ, ਰਸੀਦੀ ਟਿਕਟ ਮੈਂ ਤੇਰੀ, ਕਹਿੰਦਾ ਇੰਨੀ ਕੁ ਤੇਰੀ, ਕਹਿੰਦਾ ਜੀਵਨੀ ਹੈ, ਤਾਂ ਹੀ ਫਿਰ ਉਹਨੇ ਉਸ ਤੋਂ ਪ੍ਰਭਾਵਿਤ ਹੋ ਕੇ ਰਸੀਦੀ ਟਿਕਟ ਲਿਖਿਆ। ਤੋ ਪੰਜਾਬ ਦੀ ਸਿਆਸਤ ਤਾਂ ਰਸੀਦੀ ਟਿਕਟ ਦੇ ਮਗਰ ਲਿਖਣ ਜੋਗਰੀ ਹੈਗੀ, ਇੰਨੀ ਕੀ ਗੱਲ ਹੈਗੀ, ਇਹਦੋਂ ਵੱਡੀ ਗੱਲ ਨਹੀਂ ਹੈਗੀ। ਜੇ ਤੁਸੀਂ ਬਹਿ ਕੇ ਨਰਸੇ ਕਰੋ, 5-4 ਮਿੰਟ 'ਚ ਸਾਰਾ ਕੁਛ
ਕਿਹਾ ਜਾਂਦਾ ਕਿਹੜੇ ਆਮ ਪ੍ਰਚਾਰਿਆ ਜਾਂਦਾ ਵੀ ਇਹ ਜਿਹੜੀ ਪਾਰਟੀ 'ਚ ਹੁੰਦੇ ਆ ਉਹਦਾ ਹੀ ਵਿਰੋਧ ਕਰਦੇ ਆ ਤਾਂ ਉਹ ਪਾਰਟੀਆਂ ਜਿਹੜੀਆਂ ਵਿਰੋਧ ਸਹਿੰਦੀਆਂ ਨੇ ਜਿਹਦੇ ਕਰਕੇ ਖੁੱਡੇ ਲਾਈਨ ਲਾ ਦਿੱਤੇ ਜਾਂਦੇ। ਦੇਖੋ ਇਹਦਾ ਕਾਰਨ ਇੱਕ ਇਹ ਵੀ ਹੁੰਦਾ ਕਿ ਜੇ ਫਰਜ਼ ਕਰੋ ਵੀ ਮੈਂ ਅੱਛਾ ਬੁਲਾਰਾਂ, ਮੇਰੇ ਅੰਦਰ ਵਿਦਵਤਾ ਹੈਗੀ, ਮੈਂ ਇਹਦੇ 'ਚ ਹੈ ਨਹੀਂ ਹੈਗੀ, ਮਤਲਬ ਮੈਂ ਉਦਾਹਰਨ ਦੇ ਰਿਹਾ, ਜਾਂ ਤੁਸੀਂ ਹੈਗੇ ਹੋ, ਤੁਹਾਡੇ ਸਵੈ ਮਾਨ ਵੀ ਹੋਏਗਾ ਫਿਰ, ਫਿਰ ਤੁਸੀਂ ਦੂਜੇ ਦੀ ਗੱਲ ਸਹਿਜੇ ਨਹੀਂ ਮੰਨੋਗੇ, ਤੁਸੀਂ ਦੂਜੇ ਦੇ ਪੈਰ 'ਚ ਪੈਰ ਨਹੀਂ ਤਰੋਗੇ। ਜੇ ਫਰਜ਼ ਕਰੋ ਵੱਡੇ ਲੀਡਰ ਨੇ ਕਹਿਤਾ ਕਿ ਆਹ ਗੱਲ ਸਹੀ ਆ, ਉਹ ਦੂਜਾ ਉਹ ਟੋਕੇਗਾ, ਜਦੋਂ ਤੁਸੀਂ ਉਸ ਨੂੰ ਟੋਕੋਗੇ ਵੱਡੇ ਲੀਡਰ ਨੂੰ, ਤੂੰ ਕਹਿੰਦਾ ਯਾਰ ਇਹ ਡਿੱਕਾ ਬਣਦਾ ਹੈ, ਇਹ ਥੋੜ੍ਹਾ ਜਿਹਾ ਪ੍ਰੋਬਲਮ ਕ੍ਰੀਏਟ ਕਰਦਾ ਹੈ, ਇਹ ਬੰਦਾ ਤੇਜ਼ ਲੱਗਦਾ ਕੁਛ, ਇਹ ਕਿਤੇ ਕੱਲ੍ਹ ਨੂੰ ਮੇਰੀ ਥਾਂ ਨਾ ਲੈ ਲੇ, ਅਤੇ ਫਿਰ ਉਹਨੂੰ ਕੱਟਣ ਨੂੰ, ਉਹਨੂੰ ਛਾਂਗਣ ਦੀ, ਫਿਰ ਉਹਦੇ ਛਾਂਗਣ ਦਾ ਵਿਧਾਨ ਸ਼ੁਰੂ ਹੋ ਜਾਂਦਾ, ਉਹਨੂੰ ਕਿਵੇਂ ਛਾਂਗਿਆ ਜਾਵੇ, ਉਹਨੂੰ ਕਿਵੇਂ ਖੁੰਝੇ ਲਾਇਆ ਜਾਵੇ, ਉਹਨੂੰ ਕਿਵੇਂ ਕੌਰਨ ਕੀਤਾ ਜਾਵੇ, ਇਸ ਤਰ੍ਹਾਂ ਦਾ ਸਾਡੀ ਸਿਆਸਤ ਵਿੱਚ ਕਾਫੀ ਦੇਰ ਤੋਂ ਰੁਝਾਨ ਹੈ। ਮੌਕੇ ਨਹੀਂ, ਮੌਕੇ ਜਿਹੜੇ ਹੈਗੇ ਉਹ ਬਹੁਤ ਘੱਟ ਲੋਕਾਂ ਨੂੰ ਮਿਲਦੇ ਆ, ਬਹੁਤ ਸਾਰੇ ਘੱਟ ਲੋਕ ਆ ਜਿਹੜੇ ਕਿ ਆਪਣੇ ਦਮ ਦੇ ਸਿਰ 'ਤੇ ਉੱਪਰ ਚਲੇ ਜਾਂਦੇ ਆ, ਅਦਰਵਾਈਜ਼ ਦੇਖਿਆ ਕਿ ਵੱਡੇ ਲੀਡਰਾਂ ਦੇ ਰਹਿਮੋ ਕਰਮ 'ਤੇ ਹੀ ਲੋਕ ਚੱਲਣਾ ਪੈਂਦਾ। ਧੰਨਵਾਦ ਸਾਹਿਬ, ਤੁਸੀਂ ਉਹਨਾਂ ਲੋਕਾਂ ਦੇ ਵਿੱਚੋਂ ਇੰਟਲੈਕਚੁਅਲ ਵਰਡ 'ਚੋਂ ਜਿਹੜੇ ਅਗਾਂਹ ਦੇਖਦੇ ਆ ਕਿ 5, 7, 10 ਸਾਲਾਂ ਬਾਅਦ ਕੀ ਹੋ ਸਕਦਾ, ਇਹ ਜਿਹੜਾ ਲੀਡਰਸ਼ਿਪ ਦਾ ਕ੍ਰਾਈਸਿਸ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ, ਪੰਜਾਬ ਦੇ ਵਾਸਤੇ ਕਿੰਨਾ ਕੁ ਨੁਕਸਾਨਦੇਹ, ਕੀ ਇੱਦਾਂ ਹੀ ਚੱਲਦਾ ਰਹੂਗਾ, ਇੱਕ ਵਾਰੀ ਉਹ ਆ ਗਏ ਇੱਕ ਵਾਰੀ ਉਹ ਆ ਗਏ? ਮੈਨੂੰ ਲੱਗ ਰਿਹਾ ਹੈ ਵੀ ਕਿ ਪੰਜਾਬ ਵਿੱਚ ਤਬਦੀਲੀ ਲਈ ਨਾ ਇੱਕ ਬਹੁਤ ਵੱਡਾ ਅੰਦਰ ਕਸ਼ਮਕਸ਼ ਚੱਲ ਰਹੀ ਹੈ ਲੋਕਾਂ ਵਿੱਚ ਜੀ, ਲੋਕ ਲੱਭ ਰਿਹਾ ਕੋਈ ਕੋਈ ਸਾਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਮਿਲ ਜੇ, ਕੋਈ ਅਲਟਰਨੇਟਿਵ ਮਿਲੇ, ਟਰਾਈ ਕਰ ਰਿਹਾ ਲੋਕ, ਮਿਲ ਨਹੀਂ ਰਿਹਾ ਉਹਨਾਂ ਨੂੰ, ਜਿਹੜੇ ਵੀ ਲੀਡਰ 'ਤੇ ਉਹ ਮਾੜਾ ਮੋਟਾ ਵਿਸ਼ਵਾਸ ਕਰਦੇ ਆ ਉਹ ਧੋਖਾ ਦੇ ਜਾਂਦੇ, ਜਾਂ ਫਿਰ ਉਹਨਾਂ ਦੀਆਂ ਆਸਾਂ ਦੇ ਮੁਤਾਬਕ ਖਰਾ ਨਹੀਂ ਉਤਰਦਾ, ਜਾਂ ਜਿਹੜੇ ਉਹਨੇ ਵਾਅਦੇ ਕੀਤੇ ਹੁੰਦੇ ਉਹਨਾਂ ਮੁਤਾਬਕ ਨਹੀਂ ਚੱਲਦਾ। ਇਹ ਸਾਡੇ ਹੁਣ ਅਸੀਂ 15-20 ਸਾਲ ਤੋਂ ਇਹ ਗੱਲ ਦੇਖ ਰਹੇ ਹਾਂ, ਪਰ ਲੋਕ ਅੰਦਰੋਂ ਅੰਦਰ ਹੀ ਤਰਲੋ ਮੱਛੀ ਹੋ ਰਹੇ ਨੇ, ਲੋਕਾਂ ਅੰਦਰ ਕਹਿੰਦੇ ਕਿ ਅੰਦਰ ਜਜ਼ਬਾ ਹੈਗਾ ਕਿ ਯਾਰ ਪੰਜਾਬ 'ਚ ਕੁਛ ਨਵਾਂ ਕੀਤਾ ਜਾ ਰਿਹਾ। ਉਹਦਾ ਕਾਰਨ ਕੀ ਹੈ ਕਿ ਪੰਜਾਬ ਦਾ ਜਿਹੜਾ ਸਵੈ ਮਾਨ ਹੈਗਾ ਉਹਨੂੰ ਬਹੁਤ ਵੱਡੀ ਸੱਟ ਲੱਗੀ ਹੈ। ਪਿਛਲੇ ਸਮੇਂ ਵਿੱਚ ਅਸੀਂ ਨੰਬਰ 1 ਸਟੇਟ ਸੀ, ਹੁਣ ਸਾਡਾ 10ਵਾਂ 12ਵਾਂ ਸਥਾਨ ਹੈ, ਅਸੀਂ ਸਭ ਤੋਂ ਵਧੀਆ ਗਰੋ ਕਰ ਰਹੇ ਸੀ, ਮਤਲਬ ਫਾਸਟੈਸਟ ਗਰੋਇੰਗ ਸਟੇਟ ਸੀਗੇ, ਹੁਣ ਬਿਹਾਰ ਵਰਗੇ ਸਟੇਟਾਂ 10% ਦੀ ਗਤੀ ਨਾਲ ਮਤਲਬ ਅੱਗੇ ਵੱਧ ਰਹੀਆਂ ਨੇ, ਅਸੀਂ ਸਲੋਐਸਟ ਗਰੋਇੰਗ ਸਟੇਟ ਆਫ ਕੰਟਰੀ ਦੀ, ਇਹ ਐਡੀ ਵੱਡੀ ਸ਼ਰਮ ਵਾਲੀ ਗੱਲ ਹੈਗੀ ਕਿ ਅਸੀਂ ਸਭ ਤੋਂ ਪਿੱਛੇ ਹਾਂ ਦੇਸ਼ ਦੀਆਂ, ਜਿਹੜੀਆਂ ਵੱਡੀਆਂ ਸਟੇਟਾਂ ਹੈਗੀਆਂ ਉਹਨਾਂ 'ਚ ਅਸੀਂ ਸਭ ਤੋਂ ਪਿੱਛੇ ਹਾਂ। ਸਾਡੇ ਸਵੈ ਮਾਨ ਨੂੰ ਸੱਟ ਲੱਗ ਰਹੀ ਹੈ, ਲੋਕ ਇੱਥੇ ਰਹਿਣਾ ਨਹੀਂ ਚਾਹੁੰਦੇ, ਬੱਚੇ ਭੱਜ ਰਹੇ ਨੇ, ਪੇਰੈਂਟਸ ਨੂੰ ਮਜਬੂਰ ਕਰ ਰਹੇ ਕਿ ਜ਼ਮੀਨ ਵੇਚੋ, ਮੈਂ ਬਾਹਰ ਜਾਣਾ ਹੈ, ਮੈਨੂੰ ਵੀਜ਼ਾ ਲੈ ਕੇ ਦਿਓ, ਮੈਂ ਆਈਲਸ ਕਰਨਾ ਹੈ, ਮੈਂ ਆਹ ਕਰਨਾ ਹੈ, ਉਹ ਕਰਨਾ ਹੈ। ਸੋ ਇਸ ਤਰ੍ਹਾਂ ਦਾ ਜਦੋਂ ਸਵੈ ਮਾਨ ਨੂੰ ਸੱਟ ਲੱਗਦੀ ਹੈ ਤਾਂ ਫਿਰ ਲੋਕਾਂ ਅੰਦਰ ਇੱਕ ਜਜ਼ਬਾ ਪੈਦਾ ਹੁੰਦਾ ਵੀ ਯਾਰ ਕੋਈ ਨਾ ਕੋਈ ਤਬਦੀਲੀ ਲਿਆਉਂਦੀ ਜਾਵੇ, ਪੰਜਾਬ ਨੂੰ ਫਿਰ ਮੋੜੋਲੀ 'ਤੇ ਲਿਆਂਦਾ ਜਾਵੇ। ਕੋਸ਼ਿਸ਼ ਹੋ ਰਹੀ ਹੈ, ਲੋਕ ਕੋਸ਼ਿਸ਼ ਕਰ ਰਹੇ ਨੇ, ਹਾਲੇ ਕੋਈ ਉਹਨਾਂ ਨੂੰ ਮਿਲਿਆ ਸਾਰਥਕ ਹੱਲ ਨਹੀਂ ਮਿਲਿਆ ਜਾਂ ਸਾਰਥਕ ਬਦਲ ਨਹੀਂ ਮਿਲਿਆ। ਸ਼ਾਇਦ ਕਿਸ ਸਟੇਜ 'ਤੇ ਲੱਗਦਾ ਕਿ ਆਉਣ ਵਾਲੇ 5-10 ਸਾਲਾਂ 'ਚ ਪੰਜਾਬ ਇੱਕ ਦੇਸ਼ ਦੀ ਸਿਆਸਤ ਵਿੱਚ ਤਬਦੀਲੀ ਦਾ ਧੁਰਾ ਵੀ ਬਣ ਜਾਏ। ਤੁਹਾਨੂੰ ਇਹ ਲੱਗਦਾ ਹੈ ਕਿ ਇੱਕ ਜਿਹੜੀ ਤੀਜਾ ਫਰੰਟ ਹੈ, ਤੀਜੀ ਧਿਰ ਹੈ, ਉਹਦੀ ਜਗ੍ਹਾ ਅੱਜ ਵੀ ਉਹ ਖਾਲੀ ਪਈ ਹੈ? ਖਾਲੀ ਪਈ ਹੈ, ਖਾਲੀ ਬਿਲਕੁਲ ਪਈ ਹੈ। ਦੇਖੋ ਲੋਕਾਂ ਦੇ ਅੰਦਰ ਅੱਛੇ ਲੀਡਰ ਜਿਹੜੀ ਗੱਲ ਕਰਦੇ ਨੇ, ਆਮ ਲੋਕਾਂ 'ਚ ਉਹਨਾਂ ਪ੍ਰਤੀ ਥੋੜ੍ਹਾ ਜਿਹਾ ਉਤਸ਼ਾਹ ਹੈਗਾ, ਉਹਨਾਂ ਪ੍ਰਤੀ ਥੋੜ੍ਹਾ ਜਿਹਾ ਕੀ ਕਹਿੰਦਾ ਆਪਣਾ ਸੌਫਟ ਕਾਰਨਰ ਹੈਗਾ ਵੀ ਚਾਹੁੰਦੇ ਵੀ ਯਾਰ ਇਹ ਬੰਦਾ ਗੱਲ ਠੀਕ ਕਰ ਰਿਹਾ, ਉਹਦੇ ਉਹਨੂੰ ਐਪਰੀਸ਼ੀਏਟ ਵੀ ਕਰਦੇ ਨੇ। ਹਾਲਾਂਕਿ ਦੂਜੇ ਬੰਦੇ ਵੱਡੇ ਲੋਕਾਂ ਦਾ ਗਲਬਾ ਹੈ, ਲੋਕਾਂ ਦੀਆਂ ਛੋਟੀਆਂ ਛੋਟੀਆਂ ਮਜਬੂਰੀਆਂ ਵੀ ਹੁੰਦੀਆਂ ਨੇ, ਲੋਕ ਬੋਲਦੇ ਵੀ ਨਹੀਂ ਲੀਡਰਾਂ ਦੇ ਖਿਲਾਫ਼, ਉਹਦਾ ਕਾਰਨ ਹੈ ਛੋਟੇ ਛੋਟੇ ਕੰਮ ਕਰਾਉਣੇ ਹੁੰਦੇ ਨੇ। ਸਾਡਾ ਸਿਸਟਮ ਵੀ ਪੋਲੀਟੀਕਲ ਬੰਦਿਆਂ ਨੇ ਇਸ ਤਰ੍ਹਾਂ ਦਾ ਬਣਾਤਾ ਕਿ ਆਟੋਮੈਟਿਕਲੀ ਕੰਮ ਹੁੰਦਾ ਨਹੀਂ, ਜੇ ਤੁਹਾਨੂੰ ਥਾਣੇ ਵੀ ਜਾਣਾ ਹੈ, ਜਾਇਜ਼ ਕੰਮ ਲਈ ਵੀ ਜਾਣਾ ਤਾਂ ਵੀ ਕਿਸੇ ਨਾ ਕਿਸੇ ਲੀਡਰ ਤੋਂ ਫੋਨ ਕਰਾ ਕੇ ਕਰਾਉਣ ਜਾਣਾ ਪੈਂਦਾ ਹੈ ਵੀ ਯਾਰ SHO ਸਾਹਿਬ ਕਿੰਨਾ ਬੰਦਾ ਆ ਰਿਹਾ, ਮਾੜਾ ਜਿਹਾ ਦੇਖ ਕੇ ਇਹਦਾ ਕੰਮ ਕਰ ਦਿਓ, ਹੈ ਨਾ। ਜੇ ਤਹਿਸੀਲ 'ਚ ਜਾਣਾ ਹੈ, ਕੋਈ ਤੁਸੀਂ ਡੋਮੀਸਾਈਲ ਸਰਟੀਫਿਕੇਟ ਵੀ ਬਣਾਉਣਾ ਹੈ, ਉਹਦੇ ਵਾਸਤੇ ਵੀ ਤੁਹਾਨੂੰ ਤਾਂ ਹੀ ਅੰਦਰ ਬਣ ਦੇਣਾ ਜੇ ਤੁਸੀਂ ਕਿਤੋਂ ਫੋਨ ਕਰਾਇਆ ਹੋਵੇ। ਇਹੋ ਜਿਹੇ ਹਾਲਾਤ ਪੋਲੀਟੀਕਲ ਲੀਡਰਾਂ ਨੇ ਕਰਤੇ ਨੇ ਕਿ ਉਹ ਜਿਹੜਾ ਸਾਡਾ ਸਿਸਟਮ ਆਟੋਮੈਟਿਕ ਚੱਲਣਾ ਚਾਹੀਦਾ ਸੀ, ਲੋਕਾਂ ਦੇ ਆਪਣੇ ਆਪ ਕੰਮ ਹੋਣੇ ਚਾਹੀਦੇ ਸੀ ਸਿਸਟਮ ਵਿੱਚ, ਆਪਣੇ ਜਿਵੇਂ ਕਿ ਬਾਹਰਲੇ ਦੇਸ਼ਾਂ 'ਚ ਹੁੰਦੇ ਨੇ, ਜੇ ਤੁਸੀਂ ਡਰਾਈਵਿੰਗ ਲਾਇਸੈਂਸ ਬਣਾਉਣਾ ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਜੇ ਤੁਸੀਂ ਡੋਮੀਸਾਈਲ ਲੈਣਾ ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਜਾਂ ਤੁਸੀਂ ਕੋਈ ਹੋਰ ਸਰਕਾਰੀ ਤੌਰ 'ਤੇ ਕੋਈ ਟੈਸਟੀਮੋਨੀਅਲ ਲੈਣਾ, ਕੋਈ ਸਰਟੀਫਿਕੇਟ ਲੈਣਾ, ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਤਾਂ ਨਹੀਂ ਹੈਗੀ। ਅਤੇ ਉੱਥੇ ਤਾਂ ਕੰਮ ਆਪੋ ਆਪਣੇ ਚੱਲ ਰਹੇ ਨੇ, ਪਰ ਇੱਥੇ ਸਾਡੇ ਸਿਆਸਤਦਾਨਾਂ ਨੇ ਆਪਣੇ 'ਤੇ ਡਿਪੈਂਡੈਂਟ ਕਰ ਲਿਆ ਕਿ ਇਹ ਬੰਦਾ ਮੇਰੇ 'ਤੇ ਡਿਪੈਂਡੈਂਟ ਰਹੇ, ਇਹ ਗੱਲ ਸਿੱਧੀ ਇਹਦੀ ਕੋਈ ਕੰਮ ਨਾ ਹੋਵੇ। ਇਸ ਕਰਕੇ ਲੋਕ ਮਜਬੂਰ ਹੋ ਜਾਂਦੇ ਨੇ, ਉਹਨਾਂ ਦੀਆਂ ਜਿਹੜੀਆਂ ਮਜਬੂਰੀਆਂ ਉਹਦਾ ਫਿਰ ਪੋਲੀਟੀਕਲ ਲੀਡਰ ਫਾਇਦਾ ਉਠਾਉਂਦੇ ਨੇ। ਜਿਹੜੇ ਪੋਲੀਟੀਕਲ ਲੋਕ ਨੇ ਉਹਨਾਂ ਨੇ ਜਿਵੇਂ ਤੁਸੀਂ ਕਿਹਾ ਕਿ ਸਾਰਾ ਕੁਝ ਕਰ ਲਿਆ, ਹੁਣ ਜਿਹੜਾ ਕੇਬਲ ਮਾਫੀਆ ਹੈ, ਰੇਤ ਮਾਫੀਆ ਹੈ, ਉਹਦੇ ਉੱਤੇ ਜਾਂ ਪੁਲਿਸ ਦੇ ਉੱਤੇ ਖਾਸ ਤੌਰ ਦੇ ਉੱਤੇ ਪੁਲਿਸ ਦਾ ਜਿਹੜਾ ਰਾਜਨੀਤੀਕਰਨ ਹੋ ਗਿਆ ਪਿਛਲੇ ਸਮੇਂ ਦੇ ਦੌਰਾਨ, ਜਿੱਧਰ ਆਪਾਂ ਆਉਣਾ, ਇਹ ਉਹੀ ਸੀਗਾ ਕਿ ਕਿਸੇ ਤਰੀਕੇ ਨਾਲ ਇਹ ਗਲਬਾ ਕਾਇਮ ਰੱਖਿਆ ਜਾਵੇ, ਆਪਣੀ ਮੁੱਠੀ 'ਚ ਸਾਰਾ ਕੁਝ ਜਿਹੜਾ ਉਹ ਰਹੇ, ਜਿਹਦੇ ਕਹਿਣਗੇ ਉਹਦੇ ਉੱਤੇ ਪਰਚਾ ਦਰਜ ਹੋਊਗਾ, ਜਿਹਦੇ ਉੱਤੇ ਕਹਿਣਗੇ ਉਹ 'ਤੇ ਪਰਚਾ ਦਰਜ ਨਹੀਂ ਹੋਊਗਾ। ਬਿਲਕੁਲ
ਵੈਸੇ ਤਾਂ ਇਹ ਜਦੋਂ ਸਾਡੇ ਇੱਥੇ ਮਿਲੀਟੈਂਸੀ ਸੀਗੀ ਉਹਦੇ ਕੰਮ ਖਰਾਬ ਹੋ ਗਿਆ ਸੀ, ਉਦੋਂ ਹੀ ਪੁਲਿਸ ਨੂੰ ਇੰਨੀ ਆਜ਼ਾਦੀ ਮਿਲ ਗਈ ਸੀ ਕਿ ਉਹ ਆਪੋ ਤਾਪੀ ਪੈ ਗਈ ਸੀ ਅਤੇ ਆਪਣਾ ਆਪ ਕਰਨ ਲਈ। ਉਸ ਤੋਂ ਬਾਅਦ ਫਿਰ ਜਿਹੜਾ ਜਦੋਂ ਆਪਣਾ ਕਹਿੰਦਾ ਪਾਪੂਲਰ ਰਾਜ ਦੀ ਬਹਾਲੀ ਹੋਈ, ਰਾਸ਼ਟਰਪਤੀ ਰਾਜ ਗਿਆ ਅਤੇ ਕਹਿੰਦਾ ਇਲੈਕਟਡ ਗਵਰਨਮੈਂਟਸ ਆਈਆਂ, ਫਿਰ ਉਹਨਾਂ ਨੇ ਇਹਨਾਂ 'ਤੇ ਕਬਜ਼ਾ ਕਰ ਲਿਆ, ਉਹਨਾਂ ਨੇ ਆਪਣੇ ਅੰਗੂਠੇ ਥੱਲੇ ਕਰ ਲਏ ਪੁਲਿਸ ਅਫਸਰ। ਹੁਣ ਉਹੀ ਪੁਲਿਸ ਅਫਸਰ ਲੱਗਦਾ ਜੋ ਉਸਨੂੰ ਦੇ ਇਲਾਕੇ ਦਾ MLA ਚਾਹੁੰਦਾ ਹੁੰਦਾ ਹੈ, ਜਾਂ ਉੱਥੋਂ ਦੇ ਕਹਿੰਦੇ ਜਿਹੜੇ ਲੋਕ ਜਿਹੜੇ ਪਾਵਰਫੁੱਲ ਲੋਕ ਨੇ ਉਹ ਚਾਹੁੰਦੇ ਹੁੰਦੇ ਨੇ, ਉਹਨਾਂ ਦੀ ਹੀ ਉੱਥੇ ਨਿਯੁਕਤੀ ਹੁੰਦੀ ਹੈ, ਉਹ ਫਿਰ ਆਪਣੇ ਢੰਗ ਨਾਲ ਕੰਮ ਕਰਾਉਂਦੇ ਨੇ। ਦੇ ਇਹ ਪਹਿਲਾ ਦੇਸ਼ ਹੈ ਦੇਸ਼ ਵਿੱਚ, ਦੇਸ਼ ਜਾਂ ਮਤਲਬ ਮੈਨੂੰ ਤਾਂ ਲੱਗਦਾ ਕਿ ਇਹ ਅੰਤਰਰਾਸ਼ਟਰੀ ਕੌਮਾਂਤਰੀ ਪੱਧਰ 'ਤੇ ਪਹਿਲਾ ਸੂਬਾ ਹੋਏਗਾ ਕਿ ਜਿੱਥੇ ਇੱਕ ਕਮਿਸ਼ਨ ਬੈਠਾ ਹੈ ਝੂਠੇ ਕੇਸਾਂ, ਉਹ ਝੂਠੇ ਕੇਸਾਂ ਦੀ ਉਹ ਕਰ ਰਿਹਾ, ਵੀ ਦੇਖ ਰਿਹਾ ਵੀ ਕਿੰਨੇ ਕੇਸ ਝੂਠੇ ਹੋਏ ਨੇ। ਇਹ ਬਹੁਤ ਵੱਡੀ ਸ਼ਰਮ ਦੀ ਗੱਲ ਹੈ, ਹਾਲਾਂਕਿ ਇਹ ਬੜੀ ਸਧਾਰਨ ਗੱਲ ਲੱਗਦੀ ਹੈ, ਇਹ ਦੇਖਣ ਨੂੰ ਆਮ ਜੀ ਗੱਲ ਲੱਗਦੀ ਹੈ ਯਾਰ ਕਮਿਸ਼ਨ ਹੈਗਾ ਉਹ ਦੇਖਿਆ ਵੀ ਕਿੰਨੀਆਂ ਝੂਠੀਆਂ FIR। ਮੈਂ ਧਾਲੀਵਾਲ ਸਾਹਿਬ ਉੱਥੇ ਜਾ ਕੇ ਪਰਸਨਲੀ ਦੇਖਿਆ, ਉੱਥੇ ਲਾਈਨਾਂ ਲੱਗੀਆਂ ਹੋਈਆਂ ਲੋਕਾਂ ਦੀਆਂ। ਹਾਂ ਦੇਖੋ ਸੀ ਕੀ ਹਾਲ ਹੈ, ਇਹਦਾ ਮਤਲਬ ਹੈ ਕਿੰਨਾ ਸਾਡਾ ਸਿਸਟਮ ਗਰਕ ਗਿਆ। ਇਹਦਾ ਅਸਲ ਮਤਲਬ ਇਹ ਹੈਗਾ ਕਿ ਸਾਡਾ ਸਿਸਟਮ ਗਰਕ ਗਿਆ। ਤੁਸੀਂ ਝੂਠਾ ਕੇਸ ਪੁਲਿਸ ਦਰਜ ਕਰ ਸਕਦੀ ਹੈ, ਦੇਖੋ ਫਿਰ ਉਹਦੇ ਕਮਿਸ਼ਨ ਬਿਠਾ ਰਹੇ ਹੋ, ਦੱਸ ਰਿਹਾ ਕਿ ਦੱਸ ਰਿਹਾ ਕਿ ਇੰਨੇ ਮੈਂ ਕੱਢ ਦਿੱਤੇ ਜੀ। ਇਹ ਕਿੱਡੀ ਵੱਡੀ ਇੱਕ ਮਨੁੱਖ ਨਾਲ, ਇੱਕ ਬੰਦੇ ਨਾਲ, ਇੱਕ ਸਿਟੀਜ਼ਨ ਨਾਲ ਕਿੱਡਾ ਵੱਡਾ ਧੱਕਾ ਹੈ ਕਿ ਉਹਦੇ ਖਿਲਾਫ਼ ਝੂਠਾ ਕੇਸ ਦਰਜ ਹੋਇਆ, ਉਹ ਜੇਲ੍ਹ 'ਚ ਵੀ ਰਹਾ ਹੈ, ਉਹਨੇ ਜ਼ਮਾਨਤ ਵੀ ਕਰਾ ਲਈ ਹੈ, ਉਹਨੇ ਵਕੀਲ ਵੀ ਕੀਤੇ ਹੋਏ ਨੇ। ਹੁਣ ਕਮਿਸ਼ਨ ਕਹਿ ਰਿਹਾ ਕਿ ਪੁਲਿਸ ਅਫਸਰਾਂ 'ਤੇ ਕੋਈ ਐਕਸ਼ਨ ਨਹੀਂ ਹੋ ਰਿਹਾ। ਜਿਹੜਾ ਪੁਲਿਸ ਅਫਸਰ ਨੇ ਝੂਠਾ ਕੇਸ ਦਰਜ ਕੀਤਾ ਹੈ, ਕਮਿਸ਼ਨ ਨੂੰ ਚਾਹੀਦਾ ਹੈ ਕਿ ਉਹਦਾ ਨੌਕਰੀ 'ਚ ਕੋਈ ਸਥਾਨ ਨਹੀਂ ਹੋਣਾ ਚਾਹੀਦਾ। ਜੀ ਬਿਲਕੁਲ ਜੀ, ਸਰਬਜੀਤ ਸਿੰਘ ਧਾਲੀਵਾਲ ਸਾਡੇ ਨਾਲ ਮੌਜੂਦ ਨੇ ਜੀ, ਔਰ ਗੱਲਬਾਤ ਜਿਹੜੀ ਪੁਲਿਸ ਦੇ ਉੱਤੇ ਲੈ ਕੇ ਆਏ ਨੇ, ਪੁਲਿਸ ਦਾ ਜਿਹੜਾ ਕ੍ਰਾਈਸਿਸ ਹੈ ਇਸ ਵੇਲੇ ਜਿਹੜਾ ਚੱਲ ਰਿਹਾ, ਕਿਉਂਕਿ ਅਗਲਾ ਹਫ਼ਤਾ ਬਹੁਤ ਅਹਿਮ ਹੈ ਪੰਜਾਬ ਦੇ ਵਾਸਤੇ, ਹਾਈਕੋਰਟ ਦੇ ਵਿੱਚ ਜਿਹੜੀ ਉਹ ਸੁਣਵਾਈ ਹੋਣੀ ਉਹਦੇ ਉੱਤੇ, ਔਰ ਪਾਰਲੀਮੈਂਟ ਦੇ ਵਿੱਚ ਜੋ ਕੁਝ ਹੋਇਆ ਉਹਦੇ ਬਾਰੇ ਦੇ ਵਿੱਚ ਗੱਲਬਾਤ ਲੈ ਕੇ ਹਾਜ਼ਰ ਹੋ ਰਹੇ ਹਾਂ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਬ੍ਰੇਕ ਤੋਂ ਬਾਅਦ। ਫਾਇਰ ਲਾਈਨ ਦੇ ਵਿੱਚ ਸਰਬਜੀਤ ਸਿੰਘ ਧਾਲੀਵਾਲ ਜੀ ਸਾਡੇ ਨਾਲ ਮੌਜੂਦ ਨੇ, ਸੀਨੀਅਰ ਪੱਤਰਕਾਰ ਨੇ ਪੰਜਾਬ ਦੇ ਵਿੱਚੋਂ ਵੱਖ ਵੱਖ ਅਖਬਾਰਾਂ ਦੇ ਵਿੱਚ ਉਹਨਾਂ ਨੇ ਜਿਹੜਾ ਜੀ ਉਹ ਕੰਮ ਕੀਤਾ, ਔਰ ਜਿਹੜੀ ਪੱਤਰਕਾਰੀ ਦੀ ਅਕਸਰ ਜਿਹੜੀ ਉਹ ਗੱਲ ਚੱਲਦੀ ਹੈ, ਜਿਹੜੇ ਗਰਾਊਂਡ ਦੇ ਉੱਤੇ ਕਰਨ ਵਾਲੇ, ਜਿਹੜੇ ਪ੍ਰੈਸ ਰਿਲੀਜ਼ ਵਾਲਾ ਜਿਹੜਾ ਉਹ ਪੱਤਰਕਾਰ ਨਹੀਂ, ਜਿਹੜਾ ਪ੍ਰੈਸ ਰਿਲੀਜ਼ ਦਿੱਤੀ ਖਾਧਾ ਪੀਤਾ ਬਾਅਦ 'ਚ ਕਹਿੰਦੇ ਜੀ ਪ੍ਰੈਸ ਰਿਲੀਜ਼ ਦਿਓ, ਕਿਉਂਕਿ ਜਿਹੜਾ ਫਲੇਵਰ ਹੈ ਡਿਫਰੈਂਟ ਨਿਊਜ਼ ਦਾ ਬਣਾਉਣ ਵਾਲੇ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਉਹਨਾਂ 'ਚੋਂ ਇੱਕ ਨੇ ਧਾਲੀਵਾਲ ਸਾਹਿਬ, ਜਿਹੜੇ ਕਿ ਗਰਾਊਂਡ ਲੈਵਲ ਦੇ ਉੱਤੇ ਉਹਨਾਂ ਨੇ ਪੱਤਰਕਾਰੀ ਜਿਹੜੀ ਕੀਤੀ ਔਰ ਅੱਜ ਵੀ ਕਰ ਰਹੇ ਨੇ, ਇਸੇ ਕਰਕੇ ਜਿਹੜੇ ਵਿਸ਼ੇ ਨੇ ਵੱਖ ਵੱਖ ਉਹਨਾਂ ਦੇ ਉੱਤੇ ਉਹਨਾਂ ਦਾ ਇੱਕ ਵੱਖਰਾ ਨਜ਼ਰੀਆ ਜਿਹੜਾ ਜੀ ਉਹ ਹੈ। ਧਾਲੀਵਾਲ ਸਾਹਿਬ, ਜਿਹੜੀ ਆਪਾਂ ਗੱਲ ਕਰ ਰਹੇ ਸੀ ਪੁਲਿਸ ਦੀ, ਉਹਦਾ ਸਿਆਸੀਕਰਨ ਹੋ ਜਾਣਾ, ਇਸ ਵੇਲੇ ਜੋ ਹਾਲਾਤ ਪੰਜਾਬ ਪੁਲਿਸ ਦੇ ਬਣੇ ਹੋਏ ਆ, DGP ਆਪਸ ਦੇ ਵਿੱਚ ਜਿਹੜਾ ਜੀ ਉਹ ਲੜ ਰਹੇ, ਔਰ DGP ਨੂੰ ਇਹ ਬਿਆਨ ਜਿਹੜਾ ਦੇਣਾ ਪੈ ਰਿਹਾ ਕਿ ਪੁਲਿਸ ਦਾ ਜਿਹੜਾ ਮੋਰਲ ਹੈ ਉਹ ਡਿੱਗ ਰਿਹਾ, ਰਾਜੀਤ ਸਿੰਘ ਹੋਰਾਂ ਨੂੰ ਬਦਲਿਆ ਜਾਂਦਾ, ਉਹਨਾਂ ਦੀ ਜਗ੍ਹਾ ਉੱਤੇ ਲਾਇਆ ਜਾਂਦਾ, ਉਹਦੀ ਕੰਟਰੋਵਰਸੀ ਜਿਹੜੀ ਆ ਜੀ ਉਹ ਸਾਹਮਣੇ ਆ ਜਾਂਦੀ ਹੈ, ਇੱਕ ਇੰਸਪੈਕਟਰ ਫੜਿਆ ਜਾਂਦਾ, STF ਦੇ ਪਰ ਕੁਤਰਨੇ ਪੈਂਦੇ ਆ ਵੀ ਇਹ ਤਾਂ ਕਹਾਣੀ ਹੋਰ ਪਾਸੇ ਨੂੰ ਜਿਹੜਾ ਜੀ ਉਹ ਚਲੇਗੀ। ਕਦੀ ਤੁਸੀਂ ਵੀ ਹੁਣ ਬਹੁਤ ਐਕਸਪੀਰੀਅੰਸ ਹੋਲਡਰ ਹੋ ਜੀ, ਕਦੀ ਪਹਿਲਾਂ ਇੰਨਾ ਕ੍ਰਾਈਸਿਸ ਪੁਲਿਸ 'ਚ ਦੇਖਿਆ ਸੀ ਇਸ ਟਾਈਪ ਦਾ? ਨਹੀਂ ਨਹੀਂ, ਇਸ ਤਰ੍ਹਾਂ ਦਾ ਕਦੇ ਕ੍ਰਾਈਸਿਸ ਨਹੀਂ ਆਇਆ ਸੀਗਾ ਪੁਲਿਸ ਵਿੱਚ। ਕੋਈ ਬੰਦਾ ਇਸ ਤਰ੍ਹਾਂ ਦੀ ਜ਼ਰੂਰਤ ਹੀ ਨਹੀਂ ਸੀ ਕਰਦਾ ਪਹਿਲੇ ਦੇ ਜ਼ਮਾਨੇ ਵਿੱਚ ਕਿ ਕੋਈ ਕਿਸੇ ਦੇ ਖਿਲਾਫ਼ DGP ਦੇ ਖਿਲਾਫ਼ ਕੋਈ ਬਿਆਨ ਦੇ ਦੇ ਜਾਂ DGP ਦੇ ਖਿਲਾਫ਼ ਪੁਲਿਸ ਦਾ ਕੋਈ ਅਫਸਰ ਹੀ ਬੋਲਦੇ। ਪਰ ਹੁਣ ਜਿਹੜਾ ਪਿਛਲੇ 10-15 ਸਾਲ ਤੋਂ ਦੇਖਿਆ ਕਿ ਜਿਹੜਾ ਇਹ ਸਿਆਸੀਕਰਨ ਜਿਹੜਾ ਸਾਡੀ ਪੁਲਿਸ ਦਾ ਹੋਇਆ ਉਹਦੇ ਕਰਕੇ ਸਾਰਾ ਕੁਛ ਜਿਹੜਾ ਚੌੜ ਤੌੜ ਹੋ ਗਿਆ ਹੈਗਾ, ਇਨਡਿਸਿਪਲਿਨ ਕ੍ਰੀਏਟ ਹੋ ਰਿਹਾ ਬਹੁਤ ਜ਼ਿਆਦਾ, ਉਹਦੇ ਨਾਲ ਪੁਲਿਸ ਦੀ ਜਿਹੜੀ ਆਪਣਾ ਵਕਾਰ ਉਹਨੂੰ ਵੀ ਠੇਸ ਲੱਗ ਰਹੀ ਹੈ। ਕਿਉਂਕਿ ਤੁਸੀਂ ਦੇਖਦੇ ਹੋ ਕਿ ਜੇ ਤੁਸੀਂ ਇਹੀ ਗੱਲ ਕਹਿਣ ਲੱਗ ਗਏ ਕਿ ਫਲਾਨਾ ਅਫਸਰ ਮਾੜਾ ਹੈਗਾ, ਫਲਾਨੇ ਨੇ ਗਲਤ ਕੰਮ ਕੀਤਾ, ਫਲਾਨੇ ਨੇ ਮਤਲਬ ਕੀ ਹੁੰਦਾ ਕੋਈ ਕਿਸੇ ਕੇਸ 'ਚ ਇਨਵੋਲਵ ਹੈ, ਕੋਈ ਕ੍ਰਿਮੀਨਲ ਐਕਟੀਵਿਟੀ 'ਚ ਇਨਵੋਲਵ ਹੈਗਾ, ਤਾਂ ਫਿਰ ਪੁਲਿਸ ਦਾ ਕੀ ਵਕਾਰ ਹੈਗਾ, ਲੋਕ ਕਿਵੇਂ ਵਿਸ਼ਵਾਸ ਕਰਨਗੇ? ਮੇਰਾ ਖਿਆਲ ਹੈ ਕਿ ਪੁਲਿਸ 'ਚ ਘੱਟ ਜ਼ਿੰਮੇਵਾਰ ਹੈ, ਸਿਆਸਤਦਾਨ ਜ਼ਿਆਦਾ ਜ਼ਿੰਮੇਵਾਰ ਹੈ। ਸਿਆਸਤਦਾਨਾਂ ਨੇ ਜਿਸ ਤਰ੍ਹਾਂ ਦਾ ਪੋਲੀਟਿਕਸ ਐਂਟਰ ਕੀਤੇ ਆ ਆਪਣਾ ਪੁਲਿਸ ਦੇ ਸਿਸਟਮ ਵਿੱਚ, ਉਹਦੇ ਕਰਕੇ ਸਾਰਾ ਕੁਛ ਹੋ ਰਿਹਾ। ਹੁਣ ਇਹ ਜਿਹੜੇ ਨਵੇਂ ਇਸ ਤਰ੍ਹਾਂ ਦੇ ਹੁਣ DGP ਨੇ ਜਿਹੜੇ, ਇਹਨਾਂ ਦਾ ਜਿਹੜਾ ਕਾਰਜਕਾਲ ਖਤਮ ਹੋ ਰਿਹਾ, ਮਤਲਬ ਇਹਨਾਂ ਦੀ ਰਿਟਾਇਰਮੈਂਟ ਨੇੜੇ ਆ ਗਈ ਆ। ਪੁਲਿਸ ਦੇ ਅੰਦਰੋਂ ਅੰਦਰ ਖਿੱਚੋ ਤਾਣ ਚੱਲ ਰਹੀ ਹੈ, ਹਾਂ ਵੀ ਨਵਾਂ DGP ਕੌਣ ਲੱਗੇਗਾ, ਉਹ ਖਿੱਚੋ ਤਾਣ ਦੇ ਵਿੱਚ ਸਾਰਾ ਕੁਛ ਇਹ ਬਹੁਤ ਕੁਛ ਹੋ ਰਿਹਾ ਹੈ, ਜਿਹੜਾ ਕਿ ਸਾਡੇ ਰਾਜ ਲਈ, ਸਾਡੇ ਦੇਸ਼ ਦੇ ਆਪਣੇ ਰਾਜ ਦੇ ਲੋਕਾਂ ਲਈ ਜਿਹੜਾ ਕਿ ਬਹੁਤਾ ਅੱਛਾ ਨਹੀਂ ਹੈਗਾ। ਧਾਲੀਵਾਲ ਸਾਹਿਬ, ਤੁਸੀਂ ਵੀ ਜਾਣਦੇ ਹੋ, ਮੈਂ ਜਿਵੇਂ ਕਿਹਾ ਕਿ ਗਰਾਊਂਡ 'ਤੇ ਕਵਰ ਕਰਦੇ ਹੋ, ਕੈਪਟਨ ਅਮਰਿੰਦਰ ਸਿੰਘ ਹੋਰੀ ਇੱਕ ਬਹੁਤ ਵਧੀਆ ਐਡਮਿਨਿਸਟ੍ਰੇਟਰ ਮੰਨੇ ਜਾਂਦੇ ਆ, ਇਹ ਉਹਨਾਂ ਕੋਲੋਂ ਵੀ ਸੂਤ ਨਹੀਂ ਆ ਰਿਹਾ ਲੱਗਦਾ ਕੰਮ? ਦੇਖੋ, ਇੱਕ ਸਮਾਂ ਸੀਗਾ ਜਦੋਂ ਕਿ ਆਪਣਾ ਇਹ ਪੁਲਿਸ ਸੀ ਜਿਹੜੀ ਕੰਟਰੋਲ ਸੀ, ਕਾਬੂ ਵਿੱਚ ਸੀਗੀ। ਹੁਣ ਇੰਨਾ ਪਿਛਲੇ ਸਮੇਂ 'ਚ ਕਹਿੰਦਾ ਇਹ ਕੰਮ ਖਰਾਬ ਹੋ ਚੁੱਕਿਆ ਕਿ ਹੁਣ ਕਿਸੇ ਸਿਆਸਤਦਾਨ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੈ।
ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਕੱਲ੍ਹ ਨੂੰ ਕੋਈ ਹੋਰ ਸਖ਼ਤ ਆਦਮੀ ਆ ਜਾਵੇ ਜਾਂ ਪਹਿਲਾਂ ਕੋਈ ਵੀ ਸਖ਼ਤ ਆਦਮੀ ਰਿਹਾ ਹੋਵੇ, ਮੇਰਾ ਖਿਆਲ ਹੈ ਕਿ ਹੁਣ ਪੁਲਿਸ ਐਡੀ ਵੱਡੀ ਇੱਕ ਪਾਵਰਫੁਲ ਫੋਰਸ ਬਣ ਚੁੱਕੀ ਹੈ ਪੰਜਾਬ 'ਚ, ਖਾਸ ਕਰ ਜਿਹੜੀ ਪੁਲਿਸ ਦਾ ਟੋਪ ਬਰਾਸ ਹੈ, ਜਿਹੜੀ ਪੁਲਿਸ ਦੀ ਟੋਪ ਲੋਬੀ ਹੈਗੀ, ਉਹ ਇੰਨੀ ਪਾਵਰਫੁਲ ਹੈ ਕਿ ਉਹ ਕਿਸੇ ਵੀ ਲੀਡਰ ਨੂੰ ਦਵਾਲ ਨਹੀਂ ਹੈਗੀ, ਉਹ ਕਿਸੇ ਵੀ ਲੀਡਰ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਲੱਗਦੀ ਮੈਨੂੰ। ਅਦਰਵਾਈਜ਼ ਅਮਰਿੰਦਰ ਸਿੰਘ ਨੇ ਸਖ਼ਤੀ ਕੀਤੀ ਹੈ, ਪਿਛਲੇ ਸਮੇਂ 'ਚ ਉਹਨਾਂ ਨੇ ਕਿਹਾ ਹੈ ਕਿ ਡੀ ਜੀ ਪੀ ਸਭ ਤੋਂ ਵੱਧ ਹੈਗਾ, ਜੋ ਗੱਲ ਕਹੇਗਾ ਜਿੰਨਾ ਚਿਰ ਉਹ ਡੀ ਜੀ ਪੀ ਹੈ ਮੈਂ ਉਹਦੇ ਨਾਲ ਹੈਗਾ, ਉਹਦੀ ਗੱਲ ਹੀ ਮੰਨੀ ਜਾਏਗੀ। ਪਰ ਮੇਰਾ ਖਿਆਲ ਹੈ ਕਿ ਜਿਹੜੇ ਥੱਲੇ ਵਾਲਾ ਹਿੱਸਾ ਹੈਗਾ, ਥੱਲੜਾ ਹਿੱਸਾ ਹੈਗਾ ਨੇੜੇ, ਉਹਨਾਂ 'ਤੇ ਬਹੁਤਾ ਲੋਕਾਂ 'ਤੇ ਅਸਰ ਨਹੀਂ ਹੋ ਰਿਹਾ। ਅਤੇ ਇਹ ਵੀ ਦੇਖਣ ਨੂੰ ਮਿਲਿਆ ਹੈਗਾ ਕਿ ਜਿਹੜੇ ਪੁਲਿਸ ਅਫਸਰ ਹੈਗੇ ਨੇ, ਕਹਿੰਦਾ ਹੁਣ ਉਹ ਇੱਕ ਦੂਜੇ ਦੇ ਖਿਲਾਫ਼ ਇੰਨੇ ਕੇਸ ਚਲਾ ਰਹੇ ਨੇ, ਕਈ ਦੇ ਖਿਲਾਫ਼ ਇੰਨੀਆਂ ਇਨਕੁਆਇਰੀਆਂ ਕਰ ਰਹੇ ਨੇ ਕਿ ਉਹ ਆਪਣੇ ਆਪ 'ਚ ਇੱਕ ਬਹੁਤ ਜਿਹੜਾ ਮਾੜਾ ਰੁਝਾਨ ਹੈਗਾ। ਜਿਹੜਾ ਇਹ ਕੁਛ ਨਿਕਲ ਕੇ ਸਾਹਮਣੇ ਆ ਰਿਹਾ ਫਲਾਨੇ ਦਾ ਧਮਕਾ, ਇਹ ਵੀ ਇਹ ਕਿਹਾ ਜਾਂਦਾ ਕਿ ਜਿਹੜਾ ਅੰਦਰ ਇੱਕ ਉਹ ਜਿਹੜੀ ਪਾਵਰ ਦੀ ਗੇਮ ਚੱਲ ਰਹੀ ਹੈ, ਚਾਹੇ ਉਹ ਇੱਕ ਡੀ ਜੀ ਪੀ ਹਾਈ ਕੋਰਟ ਚਲੇ ਗਏ ਜਾਂ ਇੱਕ ਜਿਹੜੇ ਕਹਿ ਕੇ ਲਿਆਂਦੇ ਗਏ ਕਿ ਸਾਰਾ ਉਹਨਾਂ ਨੂੰ ਫਰੀ ਹੈਂਡ ਦਿੱਤਾ ਜਾਊਗਾ, ਉਹ ਵੀ ਇਹ ਅੰਦਰੋਂ ਖਾਤੀ ਜਿਹੜਾ ਜੀ ਉਹ ਅੰਦਰੋਂ ਅੰਦਰ ਹੀ ਨਿਕਲ ਰਿਹਾ ਸਾਰਾ ਕੁਛ, ਫਿਰ ਵੀ ਆਹ ਫਲਾਨੇ ਦੀ ਇੱਥੇ ਇਨਵੋਲਵਮੈਂਟ? ਬਿਲਕੁਲ, ਇਹ ਦੇਖੋ ਇਹ ਬਹੁਤ ਮਾੜਾ ਪਹਿਲੂ ਹੈਗਾ, ਹੈਗੇ ਗਰੁੱਪ 'ਚ ਵੀ ਨਹੀਂ ਹੋਣਾ ਚਾਹੀਦਾ ਪੁਲਿਸ ਵਿੱਚ। ਪੁਲਿਸ ਇੱਕ ਫੋਰਸ ਹੋਣੀ ਚਾਹੀਦੀ ਹੈ, ਯੂਨਾਈਟਡ ਫੋਰਸ ਹੋਣੀ ਚਾਹੀਦੀ ਹੈ, ਇੱਕ ਸੁਰਤਾ ਹੋਣੀ ਚਾਹੀਦੀ ਹੈ ਪੁਲਿਸ ਵਿੱਚ। ਪਰ ਹੁਣ ਵੱਖਰੀਆਂ ਵੱਖਰੀਆਂ ਲੋਬੀਆਂ ਬਣ ਗਈਆਂ, ਵੱਖਰੇ ਵੱਖਰੇ ਗਰੁੱਪ ਬਣੇ ਨੇ, ਫਿਰ ਉਹ ਗਰੁੱਪ ਜਿਹੜੇ ਹੈਗੇ ਆਪਣੇ ਆਪਣੇ ਢੰਗ ਨਾਲ ਚੱਲਦੇ ਨੇ, ਆਪਣੇ ਆਪਣੇ ਢੰਗ ਨਾਲ ਕੀ ਨਾ ਕੰਮ ਕਰਦੇ ਨੇ, ਉਹਦੇ ਕਰਕੇ ਜਿਹੜਾ ਹੈਗਾ ਇਹ ਸਾਰਾ ਰੌਲਾ ਰੱਪਾ ਜਿਹੜਾ ਪੈ ਰਿਹਾ ਹੈ, ਇਹ ਉਹਦਾ ਨਤੀਜਾ ਹੈਗਾ। ਅਤੇ ਹੋਊਗਾ ਕੀ ਧਾਲੀਵਾਲ ਸਾਹਿਬ, ਤੁਸੀਂ ਉਹ ਕੀ ਦੇਖਦੇ ਹੋ ਆਉਣ ਵਾਲੇ ਸਾਲਾਂ ਦੇ, ਆਉਣ ਵਾਲੇ ਮਹੀਨਿਆਂ ਦੇ ਦੌਰਾਨ, ਆਉਣ ਵਾਲੇ ਸਾਲਾਂ, ਕੀ ਇਹਦੇ ਉੱਤੇ ਕੰਟਰੋਲ ਹੋਊਗਾ ਜਾਂ ਇਹ ਆਊਟ ਆਫ ਕੰਟਰੋਲ ਦੇ ਚਲੇ ਗਏ, ਫਿਰ ਆਮ ਨਾਗਰਿਕ ਦਾ ਕੀ ਬਣੂਗਾ? ਦੇਖੋ ਮੈਨੂੰ ਤਾਂ ਲੱਗਦਾ ਕਿ ਮੁਸ਼ਕਲ ਹੈ ਇਹ 'ਤੇ ਕੰਟਰੋਲ ਕਰਨਾ। ਕੋਈ ਵੀ ਲੀਡਰ ਹੈਗਾ, ਕੋਈ ਵੀ ਸਿਆਸੀ ਪਾਰਟੀ ਹੈਗੀ, ਉਹਦੀ ਡਿਪੈਂਡੈਂਸ ਪੁਲਿਸ 'ਤੇ ਬਹੁਤ ਜ਼ਿਆਦਾ ਹੈ। ਜਿਸ ਤਰ੍ਹਾਂ ਦਾ ਸਾਡਾ ਸਿਸਟਮ ਬਣ ਗਿਆ ਪਿਛਲੇ 40-50 ਸਾਲ ਵਿੱਚ, ਉਹ 'ਤੇ ਜਿਹੜੀ ਸਾਡੀ ਡਿਪੈਂਡੈਂਸੀ ਹੈਗੀ, ਜੇ ਤੁਸੀਂ ਰਾਜ ਕਰਨਾ ਜਾਂ ਤੁਸੀਂ ਲੈਂਡ ਆਰਡਰ ਮੇਨਟ ਕਰਨਾ ਤਾਂ ਤੁਸੀਂ ਪੁਲਿਸ 'ਤੇ ਡਿਪੈਂਡੈਂਟ ਤੁਹਾਨੂੰ ਬਹੁਤ ਹੋਣਾ ਪੈਂਦਾ, ਕਿਉਂਕਿ ਜਿਹੜੀ ਪੁਲਿਸ ਹੈ ਸਾਡੀ, ਉਹ ਕੋਲ ਇੰਡੀਪੈਂਡੈਂਟ ਇੱਕ ਫੋਰਸ ਨਹੀਂ ਰਹੀ ਹੈਗੀ, ਹੈ ਨਾ, ਉਹਦੀ ਆਪਣੀ ਕੋਈ ਆਜ਼ਾਦ ਹਸਤੀ ਨਹੀਂ ਰਹੀ ਕਿ ਉਹ ਆਪਣੇ ਢੰਗ ਨਾਲ ਕੰਮ ਕਰ ਸਕੇ, ਆਪਣੇ ਲੈਵਲ 'ਤੇ ਫੈਸਲੇ ਲੈ ਸਕੇ। ਉਹਨਾਂ ਨੂੰ ਵੀ ਸਿਆਸੀ ਜਿਹੜੇ ਰਹਿਨਮਾ, ਉਹਨਾਂ ਵੱਲ ਦੇਖਣਾ ਪੈਂਦਾ। ਸੋ ਇਹ ਸਾਰੇ ਵਰਤਾਰੇ ਵਿੱਚ ਇਹ ਹੋਇਆ ਹੈਗਾ ਕਿ ਹੁਣ ਮੈਨੂੰ ਲੱਗਦਾ ਨਹੀਂ ਕਿ ਕੋਈ ਇਹਦਾ ਹੱਲ ਨਿਕਲੇਗਾ, ਇਹ ਇਸ ਤਰ੍ਹਾਂ ਹੀ ਗੰਧਲਾਪਣ ਰਹੇਗਾ ਅਤੇ ਲੋਕਾਂ ਨੂੰ ਸਫ਼ਰ ਕਰਨਾ ਪਏਗਾ। ਮੇਰਾ ਖਿਆਲ ਆਉਣ ਤੁਹਾਨੂੰ ਲੱਗਦਾ ਕਿ ਪੰਜਾਬ ਇੱਕ ਵੱਡੇ ਕ੍ਰਾਈਸਿਸ ਵੱਲ ਨੂੰ ਵੱਧ ਰਿਹਾ? ਦੇਖੋ ਪੰਜਾਬ 'ਚ ਪੋਲੀਟੀਕਲ ਕ੍ਰਾਈਸਿਸ ਹੈ, ਪੰਜਾਬ 'ਚ ਐਗਰੀਕਲਚਰ ਸੈਕਟਰ 'ਚ ਕਿਸਾਨੀ 'ਚ ਕ੍ਰਾਈਸਿਸ ਹੈ, ਪੰਜਾਬ 'ਚ ਬੇਰੁਜ਼ਗਾਰ ਨੌਜਵਾਨ ਦਾ ਕ੍ਰਾਈਸਿਸ ਹੈ, ਪੰਜਾਬ 'ਚ ਐਡਮਿਨਿਸਟ੍ਰੇਟਿਵ ਕ੍ਰਾਈਸਿਸ ਹੈ। ਇਹ ਸਾਰੇ ਜਿਹੜੇ ਹੈਗੇ ਨੇ, ਇਹ ਪੰਜਾਬ ਦੀ ਢਹਿੰਦੀ ਕਲਾ, ਪੰਜਾਬ ਨੂੰ ਢਹਿੰਦੀ ਕਲਾ ਵੱਲ ਜਾ ਰਹੇ ਨੇ, ਅਤੇ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਪੰਜਾਬ ਪਿਛਲੇ ਕਈ ਸਾਲ ਤੋਂ ਢਹਿੰਦੀ ਕਲਾ ਵੱਲ ਜਾ ਰਿਹਾ ਹੈ। ਧਾਲੀਵਾਲ ਸਾਹਿਬ, ਤੁਹਾਡੇ ਵਰਗੇ ਜਿਹੜੇ ਲੋਕ ਜਿਹੜੇ ਬੜੇ ਪੋਜ਼ਿਟਿਵ ਰਹਿੰਦੇ ਨੇ, ਪੰਜਾਬ ਦੇ ਗੀਤਾਂ ਦੀ ਗੱਲ ਕਰੀਏ, ਪੰਜਾਬ ਦੀਆਂ ਕਵਿਤਾਵਾਂ, ਕਹਾਣੀਆਂ, ਨਾਵਲਾਂ ਦੀ ਗੱਲ ਕਰੀਏ, ਜੋ ਉਹਦੇ ਵਿੱਚ ਦੀਂਦਾ ਸੀਗਾ, ਪਰ ਇਹ ਮੰਨ ਲਿਆ ਜਾਵੇ ਅੱਜ ਕਿ ਹੁਣ ਉਹ ਪੰਜਾਬ ਨਹੀਂ ਹੈ? ਹੁਣ ਉਹ ਪੰਜਾਬ ਨਹੀਂ ਹੈਗਾ, ਪਰ ਪੰਜਾਬ ਕਦੇ ਵੀ, ਮੇਰਾ ਖਿਆਲ ਹੈ ਕਿ ਪੰਜਾਬ ਨੇ ਹਮੇਸ਼ਾ ਹੀ ਆਪਣਾ ਕਹਿੰਦਾ ਆਪਣੀ ਜਿਹੜੀ ਵਿਕਸਤਾ ਹੈਗੀ, ਜਾਂ ਕਹਿੰਦੇ ਵਿਕਾਸ ਹੈਗਾ, ਜਾਂ ਆਪਣੇ ਆਪ ਨੂੰ ਬਦਲਣ ਲਈ, ਆਪਣੀ ਹੋਣੀ ਨੂੰ ਬਦਲਣ ਲਈ ਹਮੇਸ਼ਾ ਯਤਨ ਕੀਤਾ ਹੈ। ਪੰਜਾਬ 'ਚ ਵੀ ਮੇਰਾ ਖਿਆਲ ਹੈ ਕਿ ਆਪਣੀ ਹੋਣੀ ਨੂੰ ਬਦਲਣ ਲਈ ਯਤਨ ਹੋਏਗਾ, ਅਤੇ ਵੱਡਾ ਯਤਨ ਹੋਏਗਾ, ਅਤੇ ਉਹਦੇ ਨਾਲ ਪੰਜਾਬ ਫਿਰ ਇੱਕ ਵਾਰ ਮੁੜ ਕਹਿੰਦਾ ਨੰਬਰ 1 ਸਟੇਟ, ਜਿਹਨੂੰ ਕਹਿੰਦੇ ਆ ਕਿ ਪੰਜਾਬ ਫਿਰ ਆਪਣਾ ਬਗਾਲ ਬਹਾਲ ਕਰੇਗਾ। ਉੱਥੇ ਵੱਡਾ ਇਹ ਖੜਾ ਹੋ ਜਾਂਦਾ, ਤੁਸੀਂ ਵੀ ਉਹਦਾ ਪਹਿਲਾਂ ਜ਼ਿਕਰ ਕੀਤਾ, ਸਾਡੀ ਜਿਹੜੀ ਨਵੀਂ ਪੀੜ੍ਹੀ ਆ ਉਹ ਤਾਂ ਜਾ ਰਹੀ ਵਿਦੇਸ਼ਾਂ ਨੂੰ, ਜਿਹੜੀ ਇੱਥੇ ਬਚੀ ਇੱਕ ਪੀੜ੍ਹੀ ਨਸ਼ਾ ਖਾ ਗਿਆ ਜਾਂ ਉਹ ਨਪੁੰਸਕ ਹੋ ਗਈ, ਜਿਹੜੀ ਗੱਲ ਮੰਨ ਲੈਣੀ ਚਾਹੀਦੀ ਹੈ, ਫਿਰ ਆਸ ਕਿਹਦੇ ਤੋਂ ਕਰੀਏ ਜੀ? ਕੌਣ ਲੋਕ ਲੜਨਗੇ? ਦੇਖੋ ਹਰੇਕ ਜਿਹੜੀ ਕੋਈ ਵੀ ਪ੍ਰਾਂਤ ਹੈਗਾ, ਖਾਸ ਕਰਕੇ ਜਿਹੜਾ ਪੰਜਾਬ ਹੈਗਾ, ਇਹਦੇ ਵਿੱਚ ਸਮੇਂ ਸਿਰ ਪੰਜਾਬ ਨੂੰ ਬਹੁਤ ਮਾਰ ਵੀ ਖਾਣੀ ਪਈ ਹੈ, ਅਤੇ ਪੰਜਾਬ ਫਿਰ ਮੁੜ ਕੇ ਉੱਠਿਆ ਵੀ ਹੈ ਬਹੁਤ ਵੱਡੇ ਵੱਡੇ, ਫਰਜ਼ ਕਰੋ ਪਾਰਟੀਸ਼ਨ ਹੋਈ, ਸਭ ਤੋਂ ਵੱਡਾ ਨੁਕਸਾਨ ਪੰਜਾਬ 'ਚ ਪੰਜਾਬ ਦਾ ਹੋਇਆ, ਪਾਰਟੀਆਂ 'ਚ ਸਭ ਤੋਂ ਵੱਧ ਮਾਈਗ੍ਰੇਸ਼ਨ ਇੱਥੋਂ ਹੋਈ, ਪਰ ਪੰਜਾਬ 60 ਵਿੱਚ ਹੀ, 65 ਦੇ ਵਿੱਚ ਹੀ ਪੰਜਾਬ ਨੇ ਇੰਨਾ ਵਿਕਾਸ ਕੀਤਾ, ਇੰਨੀ ਤਰੱਕੀ ਕੀਤੀ ਕਿ ਪਿੰਡ ਪਿੰਡ ਬਿਜਲੀ ਪਹੁੰਚ ਗਈ, ਪਿੰਡ ਪਿੰਡ ਸੜਕਾਂ ਪਹੁੰਚ ਗਈਆਂ, ਪਿੰਡ ਪਿੰਡ ਸਕੂਲ ਖੁੱਲ੍ਹ ਗਏ, ਗ੍ਰੀਨ ਰੈਵੋਲਿਊਸ਼ਨ 'ਚ ਪੰਜਾਬ ਦਾ ਨਾਂ ਚਮਕਿਆ, ਪੰਜਾਬ ਫਿਰ ਉੱਠ ਖੜਿਆ। ਉਸ ਤੋਂ ਬਾਅਦ ਫਿਰ ਇੱਕ ਦੌਰ ਆਇਆ, ਪੰਜਾਬ ਥੱਲੇ ਚਲਿਆ ਗਿਆ, ਅਤੇ ਕਹਿੰਦਾ ਹੁਣ ਮੈਨੂੰ ਲੱਗਦਾ ਫਿਰ ਕਹਿੰਦਾ ਕੋਈ ਇਹੋ ਜਿਹਾ ਦੌਰ ਆਏਗਾ ਕਿ ਪੰਜਾਬ ਫਿਰ ਮੁੜ ਕੇ ਚਮਕੇਗਾ, ਪੰਜਾਬ ਦਾ ਨਾਂ ਰੌਸ਼ਨ ਹੋਏਗਾ, ਵਿੱਚੋਂ ਹੀ ਸਾਡੇ ਲੋਕਾਂ ਵਿੱਚੋਂ ਹੀ ਕੋਈ ਨਾ ਕੋਈ ਲੀਡਰ ਉੱਠੇਗਾ, ਸਾਡੇ ਲੋਕਾਂ ਵਿੱਚੋਂ ਹੀ ਕੋਈ ਨਾ ਕੋਈ ਬੰਦਾ ਉੱਠੇਗਾ ਜਿਹੜਾ ਕਿ ਪੰਜਾਬ ਨੂੰ ਫਿਰ ਅੱਗੇ ਲੈ ਜਾਏਗਾ।
ਤੁਹਾਡੇ ਵਰਗੇ ਜਿਹੜੇ ਲੋਕ ਜਦੋਂ ਇਹੋ ਜਿਹੇ ਢਾਰਸ ਬਣਾਉਂਦੇ ਆ ਤਾਂ ਉਹ ਚੰਗਾ ਲੱਗਦਾ ਕਿ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਸਾਰਾ ਕੁਛ ਨੈਗੇਟਿਵ ਨਹੀਂ ਹੋ ਗਿਆ, ਅਜੇ ਵੀ ਬਹੁਤ ਕੁਛ ਜਿਹੜਾ ਜੀ ਉਹ ਜਿਉਂਦਾ। ਕਿਤੇ ਨਾ ਕਿਤੇ ਧਾਲੀਵਾਲ ਸਾਹਿਬ, ਜੋ ਸਾਡੀਆਂ ਇਹ ਧਾਰਮਿਕ ਸੰਸਥਾਵਾਂ ਨੇ ਜਾਂ ਜਿਹੜੇ ਜੋ ਬਾਬੇ ਦਾਅਵਾ ਕਰਦੇ ਆ ਜਿਹੜੇ ਉਹ ਕੀਰਤਨ, ਉਹ ਲੱਗਦਾ ਨਹੀਂ ਕਿ ਉਹ ਦਾਅਵੇ ਜਿਹੜੇ ਆ ਬਹੁਤ ਬੌਣੇ ਜਿਹੇ ਹੋ ਗਏ, ਕੁਛ ਵੀ ਉਹਨਾਂ ਦਾ ਜਿਹੜਾ ਬਣਦਾ ਰੋਲ ਸੀ ਉਹ ਨਿਭਾ ਨਹੀਂ ਸਕੇ? ਨਹੀਂ ਨਿਭਾ ਸਕੇ। ਇਹ ਇੱਕ ਤਰ੍ਹਾਂ ਦੇ ਜਿਹੜੇ ਬਾਬੇ ਇਹ ਬਿਊਰੋਕਰੇਸੀ ਆ ਇੱਕ ਤਰ੍ਹਾਂ ਦੀ, ਹੈ ਨਾ, ਚੰਗੀਆਂ ਕਾਰਾਂ ਲਈਆਂ, ਲੋਕ ਮੱਥਾ ਟੇਕ ਰਹੇ ਨੇ, ਪੈਰੀ ਹੱਥ ਲਾ ਰਹੇ ਨੇ, ਬਾਬਾ ਜੀ ਪ੍ਰਚਾਰ ਕਰ ਰਹੇ ਨੇ, ਪਤਾ ਨਹੀਂ ਕੀ ਪ੍ਰਚਾਰ ਕਰ ਰਿਹਾ, ਕਿਸੇ ਨੂੰ ਸਮਝ ਵੀ ਆ ਰਿਹਾ ਜਾਂ ਨਹੀਂ ਆ ਰਿਹਾ, ਉਹੀ ਪੁਰਾਣੀਆਂ ਗੱਲਾਂ ਲੈ ਕੇ ਪੁਰਾਣੀਆਂ ਗੱਲਾਂ ਦਾ ਪ੍ਰਚਾਰ ਕਰੀ ਜਾਂਦੇ ਨੇ, ਪੁਰਾਣੀਆਂ ਗੱਲਾਂ ਦਰਹਾਈ ਜਾਂਦੇ ਨੇ। ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਚੁੱਕੀ ਹੈ, ਦੁਨੀਆ 'ਚ ਕਿੰਨੀ ਮਤਲਬ ਤਰੱਕੀ ਹੋ ਚੁੱਕੀ ਹੈ, ਦੁਨੀਆ ਕਿੰਨੀ ਬਦਲ ਚੁੱਕੀ ਹੈਗੀ, ਉਹਦੇ ਬਾਰੇ ਨੂੰ ਕੁਛ ਪਤਾ ਨਹੀਂ ਹੈਗਾ। ਇਹ ਪੁਰਾਣਾ 100-150 ਸਾਲ ਦੀਆਂ ਜਿਹੜੀਆਂ ਪੁਰਾਣੀਆਂ ਫਿਲੋਸਫੀਆਂ ਲੈ ਕੇ ਘੁੰਮਦੇ ਰਹਿੰਦੇ ਨੇ ਜਿਹੜੇ ਬਾਬੇ, ਇਹਨਾਂ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ। ਮੇਰਾ ਖਿਆਲ ਹੈ ਕੁਛ ਬਾਬੇ ਤਾਂ ਜੇਲ੍ਹਾਂ 'ਚ ਚਲੇ ਗਏ ਨੇ, ਮੇਰਾ ਖਿਆਲ ਹੈ ਜਿਹੜੇ ਆਪਾਂ ਨੂੰ ਵੱਡੇ ਬਾਬੇ ਕਹਾਉਂਦੇ ਸੀ ਉਹਨਾਂ ਜੇਲ੍ਹ ਚਲੇ ਗਏ ਨੇ, 2-4 ਹੋਰ ਵੀ ਚਲੇ ਜਾਣਗੇ ਮੈਨੂੰ ਲੱਗਦਾ ਆਉਣ ਵਾਲੇ। ਹੌਲੀ ਹੌਲੀ ਲੋਕਾਂ ਦਾ ਇਹਨਾਂ ਤੋਂ ਵਿਸ਼ਵਾਸ ਉੱਠ ਜਾਏਗਾ। ਜਿਹੜੀ ਸਾਇੰਟੀਫਿਕ ਡਿਵੈਲਪਮੈਂਟ ਹੈਗੀ, ਜਿਹੜੀ ਕਿ ਜਿਸ ਤਰ੍ਹਾਂ ਦੁਨੀਆ 'ਚ ਦੂਜੇ ਦੇਸ਼ ਤਰੱਕੀ ਕਰ ਰਹੇ ਨੇ, ਵਿਕਸਿਤ ਦੇਸ਼ ਕਰ ਰਹੇ ਨੇ, ਕੈਨੇਡਾ ਕਰ ਰਿਹਾ, ਅਮਰੀਕਾ ਕਰ ਰਿਹਾ ਜਾਂ ਯੂਰਪ ਕਰ ਰਿਹਾ, ਜਰਮਨੀ ਕਰ ਰਿਹਾ, ਹੌਲੀ ਹੌਲੀ ਜਦੋਂ ਸਾਡੇ ਜਿਹੜੇ ਬੱਚੇ ਬਾਹਰ ਗਏ ਨੇ ਉਹ ਇੱਕ ਸੰਦੇਸ਼ ਭੇਜਣਗੇ, ਉਹ ਪਿੱਛੇ ਦੱਸਣਗੇ ਕਿ ਨਹੀਂ ਅਸੀਂ ਵੀ ਉਹਨਾਂ ਦੇਸ਼ਾਂ ਵਾਂਗੂ ਹੋਈਏ। ਉਹ ਪ੍ਰੈਸ਼ਰ ਪਾਉਣਗੇ। ਹੁਣ ਵੀ ਦੇਖੋ NRI ਕਿੰਨਾ ਪ੍ਰੈਸ਼ਰ ਪਾਉਂਦੇ ਨੇ, ਉਹ ਚਾਹੁੰਦੇ ਵੀ ਚੰਗੇ ਲੋਕਾਂ ਨੂੰ ਚੁਣੋ, ਇਮਾਨਦਾਰ ਲੋਕਾਂ ਨੂੰ ਚੁਣੋ, ਵਧੀਆ ਲੋਕਾਂ ਨੂੰ ਚੁਣੋ ਜਿਹੜੇ ਸਾਡੇ ਪੰਜਾਬ ਨੂੰ ਅੱਗੇ, ਉਹਦਾ ਬਹੁਤ ਵੱਡਾ ਪ੍ਰੈਸ਼ਰ ਹੈ। ਇਹ ਹੌਲੀ ਹੌਲੀ ਪ੍ਰੈਸ਼ਰ ਵੱਧਦਾ ਜਾਣਾ। ਤੁਸੀਂ ਦੇਖਿਆ ਹੋਣਾ ਕਿ ਜਦੋਂ ਗਦਰੀ ਬਾਬੇ ਗਏ, ਉਹਨਾਂ ਦਾ ਪਹਿਲਾ ਮਕਸਦ ਕੋਈ ਗਦਰ ਕਰਨਾ ਨਹੀਂ ਸੀਗਾ, ਪਹਿਲਾ ਮਕਸਦ ਤਾਂ ਉਹਨਾਂ ਦਾ ਉੱਥੇ ਰੋਜ਼ੀ ਰੋਟੀ ਕਮਾਉਣਾ ਸੀਗਾ। ਬਾਅਦ ਵਿੱਚ ਦੇਖਿਆ ਕਿ ਜਦੋਂ ਉਹਨਾਂ ਨਾਲ ਧੱਕਾ ਹੋਣਾ ਸ਼ੁਰੂ ਹੋ ਗਿਆ, ਅਤੇ ਜਦੋਂ ਦੇਖਿਆ ਵੀ ਯਾਰ ਇਹ ਮੁਲਕ ਤਾਂ ਆਜ਼ਾਦ ਨੇ, ਇਹ ਮੁਲਕ ਤਾਂ ਵਧੀਆ ਤਰੱਕੀ ਕਰ ਰਹੇ ਨੇ, ਇਹਨਾਂ ਦੇ ਤਾਂ ਵਿਵਸਥਾ ਹੀ ਹੋਰ ਹੈ, ਫਿਰ ਉਹਨਾਂ ਨੇ ਸੋਚਿਆ ਕਿ ਸਾਡਾ ਆਪਾਂ ਆਪਦਾ ਦੇਸ਼ ਕਿਉਂ ਨਾ ਆਜ਼ਾਦ ਕਰਾਈਏ। ਫਿਰ ਉਹਨਾਂ ਦੇ ਅੰਦਰ ਇੱਕ ਚਿਣਗ ਜਾਗੀ, ਉਹ ਚਿਣਗ ਜੋ ਜਾਗੀ ਅਤੇ ਉਹਦੇ ਕਰਕੇ ਫਿਰ ਉਹ ਦੇਸ਼ ਦੀ ਆਜ਼ਾਦੀ ਵਾਸਤੇ ਲੜੇ, ਆਪਣੀ ਰਾਜ ਵਿਵਸਥਾ ਪਿੱਛੇ ਲੜੇ। ਅਤੇ ਜਦੋਂ ਹੁਣ ਸਾਡੇ NRI ਭਰਾਵਾਂ ਨੂੰ ਲੱਗਦਾ ਹੈ ਕਿ ਉਹਨਾਂ ਨਾਲ ਸਾਡੇ ਪੰਜਾਬ 'ਚ ਵੀ ਵਧੀਆ ਹੋਣਾ ਚਾਹੀਦਾ ਹੈ, ਚੰਗੀ ਲੀਡਰਸ਼ਿਪ ਆਉਣੀ ਚਾਹੀਦੀ ਹੈ, ਸਾਨੂੰ ਨਾ ਟੋਰਾਂਟੋ ਜਾਣਾ ਪਵੇ, ਨਾ ਵੈਨਕੂਵਰ ਜਾਣਾ ਪਵੇ ਰੋਜ਼ੀ ਰੋਟੀ ਖਾਤਰ, ਨਾ ਹੀ ਸਾਨੂੰ ਕਿ ਨਾ ਮਿਸ਼ੀਗਨ ਜਾਣਾ ਪਵੇ, ਸਟਲ ਜਾਣਾ ਪਵੇ, ਨਾ ਹੀ ਸਾਨੂੰ ਆਸਟ੍ਰੇਲੀਆ ਮੈਲਬੋਰਨ ਜਾਂ ਸਿਡਨੀ ਜਾਣਾ ਪਵੇ। ਸਾਡੇ ਲੋਕ ਇੱਥੇ ਉਹਨਾਂ ਦੀ ਸਿਡਨੀ ਹੋਵੇ, ਹੈ ਨਾ, ਲੁਧਿਆਣਾ 'ਚ ਮੈਲਬੋਰਨ ਹੋਵੇ, ਕਿੰਨਾ ਜਲੰਧਰ, ਕਿੰਨਾ ਟੋਰਾਂਟੋ ਹੋਵੇ, ਅੰਮ੍ਰਿਤਸਰ, ਕਿੰਨਾ ਵੈਨਕੂਵਰ ਹੋਵੇ, ਤਾਂ ਉਹ ਲੋਕ ਇੱਥੇ ਹੀ, ਉਹਨਾਂ ਦੀ ਆਸ ਹੈ ਕਿ ਕਦੀ ਅਸੀਂ ਆਪਣੀਆਂ ਰੂਟਸ ਜਿਹੜੀਆਂ ਜਿੱਥੇ ਸਾਡੀਆਂ ਰੂਟਸ ਨੇ, ਸਾਡੇ ਜਿੱਥੇ ਜੜ੍ਹਾਂ ਨੇ, ਅਸੀਂ ਉਹਨਾਂ ਨੂੰ ਵੀ ਟੋਰਾਂਟੋ ਵਾਂਗੂ ਫਾਇਦਾ ਦੇਖਣਾ ਚਾਹੁੰਦੇ ਹਾਂ, ਮੈਲਬੋਰਨ ਵਾਂਗੂ ਦੇਖਣਾ ਚਾਹੁੰਦੇ ਹਾਂ ਵਿਕਸਿਤ। ਅਤੇ ਉਹਨਾਂ ਦਾ ਇੱਕ ਜਜ਼ਬਾ ਹੈ, ਉਹ ਜਜ਼ਬੇ ਦਾ ਇਜ਼ਹਾਰ ਉਹ ਹਰ ਇਲੈਕਸ਼ਨ ਵੇਲੇ ਕਰਦੇ ਨੇ, ਉਹ ਆਉਂਦੇ ਵੀ ਨੇ ਇੱਥੇ ਆ ਕੇ ਚੰਗੇ ਲੋਕਾਂ ਦੇ ਹੱਕ 'ਚ ਪ੍ਰਚਾਰ ਵੀ ਕਰਦੇ ਨੇ, ਪਰ ਹਾਲੇ ਉਹਨਾਂ ਦੀਆਂ ਵੀ ਆਸਾਂ ਦੇ ਬੂਰ ਨਹੀਂ ਪੈ ਰਹੇ ਆ, ਇਹ ਬੜਾ ਮੰਦਭਾਗਾ ਹੈ। ਸਰਬਜੀਤ ਸਿੰਘ ਧਾਲੀਵਾਲ ਜੀ ਸਾਡੇ ਨਾਲ ਮੌਜੂਦ ਨੇ ਜੀ, ਔਰ ਲਾਸਟ ਸੈਗਮੈਂਟ ਦੇ ਵਿੱਚ ਅਸੀਂ ਗੱਲਬਾਤ ਜਿਹੜੀ ਆ ਜੀ ਉਹ ਕਰਾਂਗੇ ਓਵਰਆਲ ਜਿਹੜੀ ਮੁਲਕ ਦੀ ਸਿਆਸਤ ਹੈ ਉਹਦੇ ਵਿੱਚ ਤਬਦੀਲੀ ਜਿਹੜੀ ਪਾਰਲੀਮੈਂਟ ਦੇ ਵਿੱਚ, ਕਿਉਂਕਿ 4.5 ਸਾਲ ਤਾਂ ਤਕਰੀਬਨ ਜਿਹੜੇ 4.5 ਸਾਲ ਸਰਕਾਰ ਜਿਹੜੀ ਉਹ ਭੱਜਦੀ ਰਹੀ, ਪ੍ਰਧਾਨ ਮੰਤਰੀ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ, ਕੋਈ ਸਾਹਮਣੇ ਜਿਹੜਾ ਨਹੀਂ ਆਏ, ਪਰ ਵਿਰੋਧੀ ਧਿਰਾਂ ਇਸ ਗੱਲ ਦੇ ਉੱਤੇ ਤਾਂ ਲੈ ਆਈਆਂ ਕਿ ਪਾਰਲੀਮੈਂਟ ਦੇ ਵਿੱਚ ਬਹਿਸ ਹੋਈ, ਉਹਦਾ ਕੀ ਅਸਰ ਪਊਗਾ? ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹਦੇ ਸੰਬੰਧੀ ਗੱਲਬਾਤ ਕਰਾਂ। ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਫਾਇਰ ਲਾਈਨ ਦੇ ਵਿੱਚ, ਔਰ ਲਾਸਟ ਸੈਗਮੈਂਟ ਵੱਲ ਅਸੀਂ ਵੱਧ ਰਹੇ ਹਾਂ। ਸਰਬਜੀਤ ਸਿੰਘ ਧਾਲੀਵਾਲ ਜੀ ਮੌਜੂਦ ਨੇ ਫਾਇਰ ਲਾਈਨ ਦੇ ਵਿੱਚ। ਧਾਲੀਵਾਲ ਸਾਹਿਬ, ਮੈਂ ਇਹ ਜਿੰਨਾ ਕੁ ਮਹਿਸੂਸ ਕੀਤਾ, ਪਹਿਲੀ ਵਾਰੀ ਦੇਖਿਆ ਦਫ਼ਤਰਾਂ ਦੇ ਵਿੱਚ ਬੈਠੇ ਹੋਏ ਲੋਕ, ਕੰਮਾਂ ਕਾਰਾਂ ਦੇ ਉੱਤੇ ਬੈਠੇ ਹੋਏ ਲੋਕ TV ਨਾਲ ਚਿਪਕੇ ਬੈਠੇ ਸੀਗੇ ਕਿ ਕਿਹੜਾ ਬੁਲਾਰਾ ਕੀ ਬੋਲ ਰਿਹਾ, ਜੋ ਕੁਛ ਪਾਰਲੀਮੈਂਟ ਦੇ ਵਿੱਚ ਜਿਹੜਾ ਜੀ ਹੋਇਆ, ਲੋਕ ਕੰਸਰਨ ਨੇ, ਲੋਕ ਇੰਨੇ ਤੰਗ ਆ ਗਏ, ਕੀ ਤੁਸੀਂ ਇਹ ਦੇਖਦੇ ਹੋ? ਪਹਿਲਾਂ ਤੁਸੀਂ ਵੀ ਮਹਿਸੂਸ ਕੀਤਾ ਹੋਊਗਾ ਕਿ ਇੰਨੇ ਲੋਕ ਇੰਟਰਸਟਡ ਨਹੀਂ ਸੀ, ਆਉਂਦਾ ਸੀ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਉਹ ਲੰਘ ਜਾਂਦਾ ਸੀਗਾ, ਪਰ ਇਸ ਬਹਿਸ ਨੇ ਤੁਹਾਨੂੰ ਇਹ ਲੱਗਦਾ ਕਿ ਇੱਕ ਨਵੀਂ ਚਰਚਾ ਜਿਹੜੀ ਉਹ ਛੇੜੀ ਹੈ? ਬਿਲਕੁਲ ਛੇੜੀ ਹੈਗੀ। ਦੇਖੋ, ਇੱਕ ਤਾਂ ਉਹਦਾ ਕਾਰਨ ਵੱਡਾ ਹੈਗਾ ਕਿ ਇਲੈਕਸ਼ਨਾਂ ਜਿਹੜੀਆਂ ਪਾਰਲੀਮੈਂਟ ਦੀਆਂ ਉਹ ਨੇੜੇ ਆ ਰਹੀਆਂ ਨੇ ਜੀ। ਇੱਕ ਸਾਲ ਹੀ ਰਹਿ ਗਿਆ, ਸਾਲ ਵੀ ਨਹੀਂ ਰਿਹਾ, 6-7 ਮਹੀਨੇ ਰਹਿ ਗਏ ਨੇ ਜੀ। ਦਸੰਬਰ 'ਚ ਮੇਰਾ ਖਿਆਲ ਹੈ ਕਿ ਜਿਹੜੀ ਆ ਪੂਰਾ ਚੋਣ ਬੁਖਾਰ ਚੜ੍ਹ ਜਾਏਗਾ ਦੇਸ਼ ਨੂੰ, ਕਿਉਂਕਿ ਕਿ ਜ਼ਿਆਦਾ ਚੜ੍ਹੇਗਾ, ਖਿੱਚੋ ਤਾਣ ਬਹੁਤ, ਪੋਲੀਟੀਕਲ ਪਾਰਟੀਆਂ ਜਿਹੜੀ ਹੈਗੀ ਬਹੁਤ ਜ਼ਿਆਦਾ ਹੈਗੀ। ਪਾਰਲੀਮੈਂਟ 'ਚ ਜੋ ਕੁਛ ਹੋਇਆ ਅਸੀਂ ਦੇਖਿਆ ਹੈ ਕਿ 2-4 ਬੁਲਾਰੇ ਹੀ ਜੇ ਸੀਗੇ ਜਿਹੜੇ ਜਿਨ੍ਹਾਂ ਨੇ ਆਪਣਾ ਰੋਲ ਜਿਹੜਾ ਚੰਗੀ ਤਰ੍ਹਾਂ ਨਿਭਾਇਆ। ਪਰ ਮੈਨੂੰ ਜੇ ਪੰਜਾਬ ਦੀ ਗੱਲ ਕਰੀਏ ਤਾਂ ਮੈਨੂੰ ਭਗਵੰਤ ਮਾਨ ਦਾ ਜਿਹੜਾ 5 ਮਿੰਟ ਬੋਲਣਾ ਉੱਥੇ, ਉਹ ਬਹੁਤ ਵੱਡੀ ਗੱਲ ਲੱਗੀ, ਸਾਰਥਕ ਲੱਗਿਆ। ਅਤੇ ਰਾਹੁਲ ਗਾਂਧੀ ਵੀ ਇਸ ਵਾਰ ਲੱਗਿਆ ਕਿ ਥੋੜ੍ਹਾ ਥੋੜ੍ਹਾ ਮਚਿਓਰ ਹੋ ਰਹੇ ਨੇ, ਉਹਨਾਂ ਨੇ ਵੀ ਕਾਫੀ ਪੁਆਇੰਟਸ ਜਿਹੜੇ ਰੇਜ਼ ਕੀਤੇ, ਉਹਨਾਂ ਤੋਂ ਵੀ ਲੱਗਿਆ ਕਿ ਉਹ ਹੁਣ ਐਜ਼ ਏ ਲੀਡਰ ਅਮਰਜ ਹੋ ਰਿਹਾ। ਅਤੇ ਪ੍ਰਾਈਮ ਮਿਨਿਸਟਰ ਦਾ ਤੁਹਾਨੂੰ ਪਤਾ ਹੈ ਕਿ ਉਹ ਤਾਂ ਸ਼ਬਦਾਂ ਦੇ ਜਾਦੂਗਰ ਹੈ ਹੀ ਹੈ, ਉਹ ਤਾਂ ਆਪਣੇ ਆਪ 'ਚ ਇੱਕ ਮਤਲਬ ਬਹੁਤ ਆਪਣੇ ਆਪ ਨੂੰ ਬਹੁਤ
दम नहीं लगता वो गल नहीं लगती जी कि अज तो तीन चार साल पहले लगती लोगों को पता लग गया भी यार किया कुछ नहीं प्राइम मिनिस्टर ने गल्लां बहुत कीतियां ने ते गल्लां चों निकलिया कुछ नहीं है बोलता फिर हौली हौली लोगों का जिहड़ा मन हैगा वह उखड़ना शुरू होता ठीक है भी सियासत नूं देख के सियासत करके जां पार्लीमेंट च बहस सी वड्डी बहस सीगी उस करके सुनते सी लोग पर लोग उन्नी गल नहीं उन्नी गौर नहीं सुन एक देखा ना जिन्हें वर्ल्ड के लीडर इतने आते रहे जाए जाते रहे उन्होंने वो जादू की जफ्फी जी मशहूर हुई से वो बड़ी पाते थे राहुल गांधी होर ने यह कुछ करके उन्होंने उन्होंने मोड़ दिता कह सकते मतलब भी मैनू नहीं पता भी राहुल गांधी की सारे कदम पिछे की मंशा सी की वो प्रभाव देना चाहते थे तो कहते पर प्राइम मिनिस्टर चाहता सी प्राइम मिनिस्टर ने बाद में बयान दिता ना वो बहुता चंगा नहीं है नहीं चंगा उन्होंने कहा कि मेरी कुर्सी पर बैठना चाहता सगा मैं आप इस कुर्सी तो उठा चाहता है करके मैं इतने आया सगा मेरा ख्याल वो अच्छी गल नहीं देखो उम्र का बड़ा फर्क है दोनों का तो उन चाहता सी अपना प्राइम मिनिस्टर चाहता सगा कि हाँ पुछन दे लीडर है आगू है कांग्रेस के प्रधान है वो मेरे को आए ने मैं उनका स्वागत करदा ठीक है वो अच्छा बोले ने जे कोई होर लीडर हों होर प्राइम मिनिस्टर हों उन्हें शाबाश भी देनी भी अच्छा बोले ने एक साढ़े देश के वास्ते शुभ संकेत हैगा कि एक जी वड्डी मेन पार्टी है कांग्रेस वह लीडर भी हुण बोलन सीख रहा है अच्छा बोलता है और ये देश की डेमोक्रेसी वास्ते अच्छा है जी दूसरी गल धालीवाल साहब ये देखने वाली जी पता नहीं हूँ बाकी कांग्रेस उसके कि जरा जी वो करती है कि जो चिकड़ सुटना उस तो तकरीबन बचा जरा जी उन्हें रखने की कोशिश की कि महज चिकड़ परसनल ना किसी से सुटे जाए हाँ बिल्कुल ये चंगी गल हैगी कि चिक परसनल एलीगेशन दोष नहीं लाए हालांकि एक दो दोष हैगे सीगे जेडे कि डिफेंस मिनिस्टर के खिलाफ लाए गए जेडे कि बहुत ही कहिंदा गंभीर दोष हैगे ने दोष हैगे ने पर बाई एंड लार्ज जिन्हों कहना कि ज़्यादातर लोगों ने सारे स्पीकर ने निजी दोष लाने तो ग्रेज किया है तो ये अच्छे अच्छा रुझान भी है तरीवाल साहब जो ओवरऑल जो वर्तारा जो देखा जाए तो वो ये तो नहीं लगता कि एक जी पार्टी आ उभरूगी अगलिया जड़ियाँ इलेक्शन खेतरी पार्टियां का रोल तुसी किवें देखते हो चाहे वह उत्तर प्रदेश के गठजोड़ जिहड़ा सपा बसपा का हो गया करनाटक दे विच जिहड़ा हो गया ज आंध्र प्रदेश हो रहा जिवें लगता वड्डे राज ने जिन्हां ने असल च सरकार बनाउणी है ओवरऑल खेतरी पार्टियां का रोल तुसी वड्डे रूप च देख रहे हो बहुत वड्डे रूप च होएगा कारण की हैगा कि खेतरी पार्टी की अपनी होंद नूं बहुत वड्डा खतरा पैदा हो गया जी ये बीजेपी ने खड़ा करता हाँ देखो भी अपना हरियाणा अपना गवांढी सूबा ला लो पंजाब का इत्थे तीन चार पार्टियां ने खेतरी पार्टियां बहुत मजबूत सीगियां उहदे विच किना जनता दल सीगा उहदे विच एनएलओ सीगी है ना ते उहदे विच किना अपना भजन लाल दी जिहड़े मुंडियां दी पार्टी सीगी होर सीगी इस तरह दे ग्रुप बने हुए सीगे तकरीबन फिर कांग्रेस सीगी कांग्रेस वह हुण वाश आउट ही हो गई बीजेपी ने वाश आउट ही करतियां तो उनकी होंद नूं बहुत वड्डा खतरा है जे लोग इकट्ठे नहीं होणगे बीएसपी एक बार किसी स्टेज ते काफ़ी पावरफुल हो गई सी हरियाणा विच तुहानूं सवाल करना सी बीएसपी जिवें सपा दे नाल उहदा गठजोड़ हो जाणा कि तुसीं इह समझदे हो कि भारत दे नक्शे दे विचों बीएसपी दा बहुत वड्डा प्रभाव सी एक टाइम खास तौर ते काशीराम साहब बहुत वड्डा पंजाब विच सीगा तो हुण उह घट गया जी पंजाब विच किसी स्टेज ते तीन एमपी सीगे बीजेपी दे अपना बीएसपी दे हुण एक भी है नहीं हैगा तो इह जिहड़ी हैगी पंजाब च बिल्कुल ही प्रभाव खत्म हो गया बी एस पी का एक बड़े ऐसा लगता है कि बहुत बड़ी फोर्स के तौर पर मर्ज हो रही है तो यह मैं लगता है कि आने वाले दिनों में जी राजनीतिक जरा अपना गठजोड़ है खेतरी पद्धर से बन गए जे नहीं बन गए तो फिर ये पार्टियां को पता है कि असं खत्म हो जावे जी बीजेपी पिछले बार जो चुनाव जीती सी जो उनकी मेजोरिटी आई है पार्लियामेंट में मर्ज हुई है तो उदों सिर्फ 31% वोटा इन्हों मिलिया सारे देश में 31% वोटा मिलन करके ही देश में देखो राजसत्ता में आ गई यद मतलब 69% वोटा के विरुद्ध पर बंड गई जे अद्धियां भी इकट्ठिया हो जांदियां ने जे अद्धियां भी इकट्ठिया हो जांदियां तां कहिंदा उह मतलब कहिंदा इह सदा च नहीं आउणी सीगी उह बंड गईयां खेतरी पार्टियां वक्खरे वक्खरे अपना राग लापदियां सी ते उह जिहड़ी डिवीजन होई वोटां दी उहदा फायदा जिहड़ा हैगा बीजेपी नूं बड़े पद्धर से होया हूँ भी बीजेपी की कोशिश होएगी कि ये पार्टियां इकट्ठिया ना होना किसी ना किसी ढंग का पाड़ा पाया जाए फर्ज करो कि तुम देखो कि प्राइम मिनिस्टर ने उत्थे जो स्पीच दी उन्होंने मुलायम सिंह का भी जिक्र किया उन्हें देवगौड़ा का भी जिक्र किया किमें कांग्रेस उन्होंने गुट्ठे लाई रही उन्होंने उनकी कोशिश सी उत्थे उनका सारा यह जतन सगा कि तुम संभलो तुहानू तां कांग्रेस ने पहला तुहानू तां बड़ा मुलायम सिंह मतलब भी सारे जिक्र किया इन्होंने गलों का कि तुहानू तां कांग्रेस ने बहुत बुरी तरह ट्रीट किया मकसद की सगा
कि इन्हां दे अंदरों किते ना किते मन च इन्हां दे शक पैदा किया जाए, शंके खड़े किए जाए तां कि कल नूं इकट्ठे होण वेले इन्हां नूं प्रॉब्लम आवे जां मतलब दो बारी सोचण। तो बीजेपी की बहुत बड़ी कोशिश रहेगी कि खेतरी पार्टियां इकट्ठियां ना होण। धालीवाल साहब, जिते खेतरी पार्टियां जिहड़ियां अपनी होंद दिखाउण दे यतनां दे विच ने, अकाली दल समझदा कि उन्हें नैशनल पार्टी बनना, वह हरियाणे च रैली कर रहा जां कहिंदा राजस्थान दे विच असीं ऑब्जर्वर जिहड़े जी अपने ला रहे हैं, तुहानूं नहीं लगता कि अकाली दल नूं पंजाब दे विच इत्थों उहदा उखड़ना विधानसभा चोणां दे दौरान इह उहनूं अजे वी जिहड़ा पच नहीं रहा, जां कि उह दूजे सूबिआं दे विच पैर ला सकदा? लगदा कि अकाली दल किते ना किते बीजेपी दी इशारे ते चल रिहा इसलै पासों। अकाली दल दी ते आपणे मैनूं इन्नी मेरी जो अपना विश्लेषण है वो यह है कि यह चाहुंदा है कि जिहड़ी उत्थे सिख वोट हैगी वो जो कुछ ना कुछ हिस्सा सानूं पै जाए तां कि वो विरोधी धिर नाल ना जावे, बीजेपी के खिलाफ ना जावे। जे वो बीजेपी के खिलाफ जांदा तां विरोधी पार्टियां उत्थे मजबूत होणगियां, वो जदों मजबूत होणगियां तां की ना उहदी जित होएगी। अकाली दल नूं शायद किते ना किते हैगा कि आपां इह जिहड़ी सिख वोट आ वो विरोधी धर खेमे च ना जावे, उहनूं परां करिए, उहनूं अपने वल खिच्चण की कोशिश करन दी रखदा ना। तुहानूं लगदा कि हो जाऊगा सिख वोट पै जाऊगी अकाली? नहीं नहीं, हुण नहीं होएगा। उहदा कारण इह हैगा कि जिहड़ा मैनूं लगदा कि हुण देश विच इक माहौल बन रिहा है जिहदे कि जिहड़ियां विरोधी पार्टियां इक प्लेटफॉर्म दे इकट्ठे होण दा जिहड़ा माहौल बन रहा है, वो जी सिख वोट है मेरा ख्याल है कि उधर जाएगी। अकाली दल की जी हार हुई है पिछलियां विधानसभा इलेक्शन, उस तो बाद अकाली दल ने कोई यह जहाँ उपराला नहीं किया कि वह अपने आप को अजे सियासी शक्ति के रूप में मुड़ उभार सके, कोई यह जतन नहीं किया हाले तक। लोगों का मुड़ विश्वास जोड़ा है कि अकाली दल बजना मैं लगता कि शुरू नहीं होया। अकाली दल की कोशिश तो है, वो हरेक मुद्दे पर अपना कोई ना कोई बयान देने की कोशिश करते हैं, कोई ना कोई स्टेटमेंट जारी करते हैं, कितने ना कितने हर किसानों का मुद्दा ला लो वो भी बोलने की कोशिश की, उन्होंने होर मुद्दे जो आए थे कोशिश तो कर रहे हैं, वो अपने आप को रिवाइव कर रहे हैं, पर गल हाले मैं लगता है कि जी बाल रोड़ नहीं रही। धालीवाल साहब, तुसी प्रोग्राम दे विच आए और सारे जिहड़े सवाल सी उहदे उत्ते अपनी बेबाकी दे नाल राय रखी, बहुत धन्यवाद तुहाडा जी, बहुत मेहरबानी जी। और ये सन जी सरबजीत सिंह धालीवाल जिहड़े कि पंजाब दे सीनियर जर्नलिस्ट जिहड़े ने जी, उन्हां दे विचों एक ने, ग्राउंड दे उत्ते जिहड़े पत्रकार जिहड़े जी ओह कम करदे ने, उन्हां दे विचों वक्त उन्हां दा जिहड़ा एक्सपीरियंस है उन्हां दी गल्लबात दे विचों तुसीं महसूस कीता कि वह बोल रहा है। प्रोग्राम की इत्थे समाप्ति है जी, मेरी थोड़ी मुलाकात अगले हफ्ते एक बार फिर एक होर शख्सियत के नाल होगी, तद तक लई इजाजत दिओ जी, धन्यवाद, सत श्री अकाल।